ਨਾਨਕ ਅੰਗਦ ਗੁਰੂ ਅਮਰਦਾਸ ਪੱਗ ਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਮਿਹਰਬਾਨ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਉੱਤੇ ਕਿਰਪਾ ਕਰਨ ਵਾਲੇ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 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 ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਈ ਮਨਸਾ ਸੰਗਤ ਜੀ ਆਪ ਜੀ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਰਸ ਪਿੰਨਾ ਕੀਰਤਨ ਗੁਰੂ ਸਵਾਰਿਆਂ ਦੇ ਪਾਸੋਂ ਸਰਵਣ ਕਰ ਰਹੇ ਸੀਗੇ। ਸਵੇਰੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਮਦ ਵਾਲਾ ਦਿਨ ਹੈ। ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ। ਸਾਧ ਸੰਗਤ ਜੀ ਉਹ ਮਹਾਰਾਜ ਜੀ ਦੀ ਸਿਫਤ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਗਾਵੋ ਗੁਰ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵ ਹੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵ ਹੈ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਸਿਫਤ ਬੜੀ ਵੱਡੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਮਾਤਾ ਜੀ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਸੰਸਾਰ ਦੇ ਵਿੱਚ ਅਵਤਾਰ ਧਾਰਨ ਕੀਤਾ। ਬੜੇ ਪਿਆਰ ਨਾਲ ਸਾਰੀ ਸੰਗਤ ਹੱਥ ਜੋੜ ਕੇ ਮਾਤਾ ਜੀ ਨੂੰ ਧੰਨ ਕਹੋ। ਪ੍ਰੇਮ ਨਾਲ ਸਾਰੇ ਕਹੋ ਧੰਨ ਧੰਨ ਮਾਤਾ ਜੀ ਮਾਤਾ ਤ੍ਰਿਪਤਾ ਜੀ ਧੰਨ ਧੰਨ ਮਾਤਾ ਜੀ ਮਾਤਾ ਤ੍ਰਿਪਤਾ ਜੀ। ਮਾਤਾ ਜੀ ਦਾ ਬਹੁਤਾ ਵੱਡਾ ਜਪ ਤਪ ਪੂਰਬਲਾ ਜਪ ਤਪ ਪਿਤਾ ਜੀ ਦਾ ਬੜਾ ਵੱਡਾ ਪੂਰਬਲਾ ਜਪ ਤਪ ਸਾਧ ਸੰਗਤ ਜੀ ਇੱਕੋ ਬੋਲ ਬੋਲ ਕੇ ਅਤੇ ਪ੍ਰਸੰਗ ਆਰੰਭ ਕਰਾਂਗੇ ਮਹਾਰਾਜ ਜੀ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਦੇ ਬਾਰੇ ਭਾਈ ਵੀਰ ਸਿੰਘ ਜੀ ਲਿਖਦੇ ਆ, ਪਿਛਲਾ ਜਨਮ ਤਪੀਸ਼ਰ ਦਾ ਇੱਕ ਨਹੀਂ ਪਿਛਲੇ ਕਈ ਜਨਮ ਜੀ। ਤਪੀਸ਼ਰ ਦਾ ਜਨਮ ਤੇ ਬੜਾ ਜਪ ਤਪ ਕੀਤਾ ਭਜਨ ਕੀਤਾ ਤੇ ਜਿਹੜਾ ਅੰਤਮ ਜਨਮ ਸੀ ਨਾ ਜੀ ਤਪੀਸ਼ਰ ਦਾ, ਉਸ ਜਨਮ ਦੇ ਵਿੱਚ ਕਹਿੰਦੇ ਆ ਪਰਮੇਸ਼ਰ ਨੇ ਆਕਾਸ਼ਬਾਣੀ ਕੀਤੀ ਵੀ ਮੰਗ ਤਪੀਸ਼ਰ ਕੀ ਮੰਗਣਾ ਹੈ। ਤਪੀਸ਼ਰ ਜੀ ਹੱਥ ਜੋੜ ਕੇ ਸਰੀਰ ਤਿਆਗਣ ਲੱਗਿਆਂ ਕਹਿਣ ਲੱਗੇ ਜੀ ਪਰਮੇਸ਼ਰ ਜੀ ਕਿਰਪਾ ਕਰੋ ਅਤੇ ਮੈਨੂੰ ਆਪਣੇ ਸਰਗੁਣ ਸਰੂਪ ਦੇ ਦਰਸ਼ਨ ਦਿਓ ਜੀ। ਸਰਗੁਣ ਸਰੂਪ ਕੀ ਹੁੰਦਾ ਇਹਦੇ ਬਾਰੇ ਬੇਨਤੀ ਕਰਾਂ, ਇਹ ਵੀ ਕਹਿ ਸਕਦੇ ਵੀ ਮੈਨੂੰ ਮਨੁੱਖ ਦੇ ਰੂਪ ਵਿੱਚ ਦਰਸ਼ਨ ਦਿਓ ਜੀ, ਇਹਨੂੰ ਇਸ ਤਰ੍ਹਾਂ ਵੀ ਕਹਿ ਸਕਦਾ। ਸਰਗੁਣ ਜੋ ਅੱਖਾਂ ਤੋਂ ਨਜ਼ਰ ਆਉਂਦਾ, ਨਿਰਗੁਣ ਜੋ ਅੱਖਾਂ ਤੋਂ ਨਹੀਂ ਨਜ਼ਰ ਆਉਂਦਾ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਮਹਾਰਾਜ ਮੈਨੂੰ ਸਰਗੁਣ ਦੇ ਰੂਪ ਚ ਦਰਸ਼ਨ ਦਿਓ ਪਰਮੇਸ਼ਰ ਨੂੰ ਆਖਿਆ। ਫਿਰ ਬੇਨਤੀ, ਸਰਗੁਣ ਕੀ ਹੈ? ਮਨੁੱਖ ਦੇ ਰੂਪ ਚ ਦਰਸ਼ਨ ਦਿਓ।
ਕਹਿੰਦੇ ਅੱਗੋਂ ਆਕਾਸ਼ਵਾਣੀ ਹੋਈ, ਜੇ ਪ੍ਰੇਮਾ ਭਗਤੀ ਮੰਗਦੇ ਤਾਂ ਜ਼ਿਆਦਾ ਵਧੀਆ ਸੀ, ਕਿਉਂ ਪ੍ਰੇਮਾ ਭਗਤੀ ਮੰਗਣ ਵਾਲੇ ਸਾਧ ਸੰਗਤ ਜੀ ਜਿਨ੍ਹਾਂ ਨੂੰ ਪ੍ਰੇਮਾ ਭਗਤੀ ਮਿਲਦੀ ਹੈ ਨਾ, ਉਹ ਰੱਬ ਵਿੱਚ ਲੀਨ ਹੋ ਜਾਂਦੇ ਹੈ। ਅੱਗੋਂ ਕਹਿਣ ਲੱਗੇ, ਫਿਰ ਤਪੀਸ਼ਰ ਮੰਗਣੀ ਤਾਂ ਤੈਨੂੰ ਪ੍ਰੇਮਾ ਭਗਤੀ ਚਾਹੀਦੀ ਸੀ, ਪਰ ਜੇ ਹੁਣ ਤੂੰ ਸਾਡੇ ਸਰਗੁਣ ਰੂਪ ਦੇ ਦਰਸ਼ਨ ਮੰਗੇ ਆ ਨਾ, ਤਾਂ ਚੇਤਾ ਰੱਖ ਅਗਲੇ ਜਨਮ ਵਿੱਚ ਤੇਰੇ ਘਰ ਤੇਰੇ ਪੁੱਤਰ ਜਨਮ ਤੇਰੇ ਪੁੱਤਰ ਬਣ ਕੇ ਪੈਦਾ ਹੋਵਾਂਗੇ, ਪਰ ਤੂੰ ਸਾਨੂੰ ਪਛਾਣ ਨਹੀਂ ਸਕੇਗਾ। ਕਹਿਣ ਲੱਗੇ ਸਾਧ ਸੰਗਤ ਜੀ, ਮਹਾਰਾਜ ਜੀ ਦੇ ਪਿਤਾ ਮਹਿਤਾ ਕਲਿਆਣ ਚੰਦਰ ਜੀ ਫਿਰ ਸਾਰਾ ਜੀਵਨ ਮਹਾਰਾਜ ਜੀ ਨੂੰ ਪਛਾਣ ਨਹੀਂ ਸੀ ਸਕੇ। ਅਗਲੇ ਜਨਮ ਵਾਹਿਗੁਰੂ ਜ਼ਿੰਦਗੀ ਦੇ ਅਖੀਰਲੇ ਸਮੇਂ ਵਿੱਚ ਸਤਿਗੁਰੂ ਜੀ ਨੇ ਆਪ ਹੀ ਕਿਰਪਾ ਕਰਕੇ ਉਹਨਾਂ ਨੂੰ ਸਾਰੀ ਗੱਲ ਦਾ ਚੇਤਾ ਕਰਾਇਆ ਸੀ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਦੇ ਮਾਤਾ ਜੀ ਦੇ ਬਾਰੇ ਧੰਨ ਧੰਨ ਸਿਫਤ ਕਹਿ ਕੇ ਨਾ ਜੀ ਇੱਕ ਪ੍ਰਸੰਗ ਮਹਾਰਾਜ ਜੀ ਦਾ ਸੁਣ ਲਓ, ਕਿਉਂਕਿ ਜੰਗ ਦੀ ਕਥਾ ਚੱਲ ਰਹੀ ਹੈ ਲੜੀਵਾਰ ਕਥਾ ਵਿੱਚ, ਅਤੇ ਉਹ ਫਿਰ ਸਾਧ ਸੰਗਤ ਜੀ ਆਪਾਂ ਗੁਰਪੁਰਬ ਵਾਲੇ ਦਿਨ ਨੰਘਾ ਕੇ ਫਿਰ ਆਪਾਂ ਸਰਵਣ ਕਰ ਲਵਾਂਗੇ। ਗੱਲ ਮੌਕੇ ਦੀ ਹੈ, ਜਿਹੜਾ ਇੱਥੇ ਮਾਹੌਲ ਬਣਿਆ ਉਸ ਤਰੀਕੇ ਦੇ ਨਾਲ ਵੀ ਆਪਾਂ ਮਹਾਰਾਜ ਜੁੜਨਾ ਤਾਂ ਮਹਾਰਾਜ ਦੇ ਚਰਨਾਂ ਨਾਲ ਹੀ ਹੈ ਜੀ। ਸੋ ਹੁਣ ਬੜੇ ਪਿਆਰ ਨਾਲ ਕਹੋ, ਆਖੋ ਪ੍ਰੇਮ ਨਾਲ, ਧੰਨ ਮਾਤਾ ਤ੍ਰਿਪਤਾ ਜੀ। ਧੰਨ ਮਾਤਾ ਤ੍ਰਿਪਤਾ ਜੀ। ਧੰਨ ਜਨਨੀ ਜਿਨ ਜਾਇਆ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪਰਦਾਨ, ਧੰਨ ਪਿਤਾ ਪਰਧਾਨ। ਸਾਰੇ ਪ੍ਰੇਮ ਨਾਲ ਨਾਲੇ ਮਾਤਾ ਜੀ ਦਾ ਧਿਆਨ ਧਰੋ, ਨਾਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਦਾ ਧਿਆਨ ਧਰੋ। ਧੰਨ ਜਨਨੀ ਜਿਨ ਜਾਇਆ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪਰਦਾਨ, ਧੰਨ ਪਿਤਾ ਪਰਧਾਨ, ਧੰਨ ਜਨਨੀ ਜਿਨ ਜਾਇਆ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪਰਦਾਨ, ਧੰਨ ਪਿਤਾ ਪਰਧਾਨ। ਦਰ ਸੇਵਨ ਸੰਤ ਜਨ ਖੜੇ, ਮਾਤਾ ਤ੍ਰਿਪਤਾ ਜੀ ਦੇ ਦਰਵਾਜ਼ੇ ਅੱਗੇ ਵੱਡੇ ਵੱਡੇ ਸੰਤ ਖਲੋਤੇ ਹੋਏ ਨੇ ਨਮਸਕਾਰਾਂ ਕਰਨ ਵਾਸਤੇ, ਕਿਉਂ ਮਾਤਾ ਤ੍ਰਿਪਤਾ ਜੀ ਦੇ ਘਰ ਵਿੱਚ ਖੁਦ ਸਰਗੁਣ ਸਰੂਪ ਧਾਰਨ ਕਰਕੇ ਸ਼੍ਰੀ ਪਰਮੇਸ਼ਰ ਜੀ ਆਪ ਆਏ ਨੇ ਸਾਧ ਸੰਗਤ ਜੀ। ਦਰ ਸੇਵਨ ਸੰਤ ਜਨ ਖੜੇ, 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 ਪਾਇਨ ਗੁਣੀ ਨਿਦਾਨ, ਪਾਇਨ ਗੁਣੀ ਨਿਧਾਨ, ਧੰਨ ਜਨਨੀ ਜਿਨ ਜਾਇਆ, ਧੰਨ ਜਨਨੀ ਜਿਨ ਜਾਇਆ, ਧੰਨ ਜਨਨੀ ਜਿਨ ਜਾਇਆ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪਰਦਾਨ, ਧੰਨ ਪਿਤਾ ਪਰਦਾਨ। ਹੁਣ ਅੱਗੋਂ ਇੱਕ ਪ੍ਰਸੰਗ ਮਹਾਰਾਜ ਜੀ ਦੇ ਜੀਵਨ ਵਿੱਚੋਂ ਸਰਵਣ ਕਰੀਏ। ਐਸੇ ਜਿਹੜੇ ਪ੍ਰਸੰਗ ਹੈ ਜਦੋਂ ਲੜੀਵਾਰ ਕਥਾ ਸੁਣੀਏ ਫਿਰ ਸਾਧ ਸੰਗਤ ਜੀ ਸੁਣਨ ਵਿੱਚ ਆਉਂਦੇ ਹੈ, ਬੜੇ ਪਿਆਰ ਨਾਲ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਕਥਾ ਸਰਵਣ ਕਰੋ। ਇਹ ਜਿਹੜੀ ਕਥਾ ਤੁਸੀਂ ਸੁਣ ਰਹੇ ਹੋ ਨਾ,
ਇਹ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਵੀ ਕਥਾ ਸੁਣੀ ਸੀਗੀ ਸਤਸੰਗਤ ਜੀ, ਭਾਈ ਬਾਲਾ ਜੀ ਦੇ ਮੁੱਖੋਂ ਮਹਾਰਾਜ ਜੀ ਨੇ ਕਥਾ ਸੁਣੀ। ਉਹ ਅਸਥਾਨ ਬਣਿਆ ਹੋਇਆ ਖਡੂਰ ਸਾਹਿਬ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਸੁਣਦੇ ਹੁੰਦੇ ਸੀਗੇ। ਸੋ ਆਓ ਅੱਜ ਜਿੰਨਾ ਪ੍ਰਸੰਗ ਸੁਣਿਆ ਜਾਂਦਾ, ਬਾਕੀ ਰਹਿ ਗਿਆ ਆਪਾਂ ਕੱਲ੍ਹ ਨੂੰ ਸਰਵਣ ਕਰ ਲਵਾਂਗੇ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਾਈ ਸੁਣੋ ਕਥਾ ਸ੍ਰੀ ਅੰਗਦ ਰੂਰੀ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ, ਗੁਰੂ ਅੰਗਦ ਦੇਵ ਜੀ ਸੋਹਣੀ ਕਥਾ, ਮੇਰੇ ਸਤਿਗੁਰੂ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸਰਵਣ ਕਰੋ। ਕਹਿਣ ਲੱਗੇ ਸਰਬ ਕਾਮਨਾ ਕਰੈ ਜੋ ਪੂਰੀ, ਜਿਹੜੀ ਕਥਾ ਸੁਣਨ ਵਾਲਿਆਂ ਦੀਆਂ ਸਭ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ। ਸਾਧ ਸੰਗਤ ਜੀ ਮਹਾਰਾਜ ਜੀ ਦੀ ਕਥਾ ਹੀ ਐਸੀ ਹੈ। ਹਾਂਜੀ, ਸੁਧਰ ਸੈਨ ਦੇ ਕੇ ਉਰ ਧੀਰਾ। ਰਾਜਾ ਸੁਧਰ ਸੈਨ, ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਰਾਜੇ ਸੁਧਰ ਸੈਨ ਨੂੰ ਵਾਹਿਗੁਰੂ ਜੀ ਦੇ ਰਸਤੇ 'ਤੇ ਤੋਰਿਆ, ਪਰਮੇਸ਼ਰ ਦੇ ਰਸਤੇ 'ਤੇ ਤੋਰਿਆ। ਉਹਨੂੰ ਧੀਰਜ ਦੇਖ ਕੇ ਗਮਨੇ ਆਗੇ ਗੁਣੀ ਗਹੀਰਾ। ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਜੀ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਰਾਜੇ ਸੁਧਰ ਸੈਨ ਤੋਂ ਅੱਗੇ ਗਏ। ਕਹਿਣ ਲੱਗੇ ਹਾਂਜੀ, ਚੱਲੇ ਜਾਹੇ ਸਾਗਰ ਪੈ ਐਸੇ। ਮਹਾਰਾਜ ਗਰੀਬ ਨਵਾਜ ਸਮੁੰਦਰ 'ਤੇ ਤੁਰੇ ਜਾਂਦੇ ਹੈ, ਸਮੁੰਦਰ ਤੇ। ਹਾਂਜੀ, ਬਿਨਾਂ ਪੰਕ ਧਰਨੀ ਪਰ ਜੈਸੇ। ਇਸ ਤਰੀਕੇ ਨਾਲ ਤੁਰੇ ਜਾਂਦੇ ਜਿਵੇਂ ਮਹਾਰਾਜ ਅਸੀਂ ਆਮ ਧਰਤੀ 'ਤੇ ਤੁਰੇ ਜਾਂਦੇ ਹਾਂ ਨਾ, ਗਰੀਬ ਨਵਾਜ ਜੀ ਨੂੰ ਸਾਗਰ ਰਾਹ ਦਿੰਦੇ ਹੁੰਦੇ ਸੀਗੇ ਜੀ। ਹਾਂਜੀ, ਭਨਤ ਜਾਤ ਸ਼੍ਰੀ ਮੁਖ ਤੇ ਬਚਨਾ। ਕਹਿਣ ਲੱਗੇ ਮਹਾਰਾਜ, ਅਸੀਂ ਦੋਵੇਂ ਹੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬਚਨ ਕਰਦੇ ਹੋਏ ਜਾ ਰਹੇ ਸਾਂ, ਸਮੁੰਦਰ 'ਤੇ ਤੁਰੇ ਜਾਂਦੇ ਸਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਹੀ ਇਹਨਾਂ 'ਤੇ ਐਸੀ ਕੀਤੀ ਸੀਗੀ। ਸਾਧ ਸੰਗਤ ਜੀ ਇੱਕ ਦਿਨ ਮਹਾਰਾਜ ਕਹਿਣ ਲੱਗੇ, ਜਦੋਂ ਪਹਿਲੇ ਦਿਨ ਸਮੁੰਦਰ 'ਤੇ ਮਹਾਰਾਜ ਤੁਰੇ ਨਾ, ਮਹਾਰਾਜ ਬਾਲਾ ਜੀ ਨੂੰ ਕਹਿਣ ਲੱਗੇ, ਬਾਲਾ ਸਮੁੰਦਰ 'ਤੇ ਕਿਵੇਂ ਹੁਣ ਵੇਖੀਏ, ਕੋਈ ਜਹਾਜ਼ ਨਹੀਂ, ਕੋਈ ਬੇੜੀ ਨਹੀਂ, ਸਮੁੰਦਰ ਪਾਰ ਕਰਨਾ ਹੈ। ਅਤੇ ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਸਮੁੰਦਰ 'ਤੇ ਉਹ ਪਾਰ ਕਰ ਲੈਂਦੇ ਜਿਹੜੇ ਤੁਹਾਡਾ ਨਾਮ ਲੈਂਦੇ ਹੈ, ਅਤੇ ਆਪ ਜੀ ਤਾਂ ਬੜੇ ਵੱਡੇ ਹੋ ਸੱਚੇ ਪਾਤਸ਼ਾਹ। ਫਿਰ ਮਹਾਰਾਜ ਕਹਿੰਦੇ, ਚੱਲ ਫਿਰ ਬਾਲਾ, ਗੁਰਪ੍ਰਸਾਦ ਤੱਕ ਕਿਹਾ ਅਤੇ ਮਹਾਰਾਜ ਸਮੁੰਦਰ 'ਤੇ ਤੁਰਨ ਲੱਗ ਪਏ। ਬਾਲੇ ਨੂੰ ਵੀ ਆਖਿਆ, ਮਰਦਾਨਾ ਜੀ ਨੂੰ ਵੀ ਆਖਿਆ, ਤੁਸੀਂ ਵੀ ਤੁਰੇ ਆਓ। ਮਹਾਰਾਜ ਕਹਿੰਦੇ, ਕਹਿਣ ਲੱਗੇ, ਅਸੀਂ ਮਹਾਰਾਜ ਨਾਲ ਨਾ ਬਚਨ ਕਰਦੇ ਹੋਏ ਸਮੁੰਦਰ 'ਤੇ ਤੁਰੇ ਜਾ ਰਹੇ ਹਾਂ। ਹਾਂਜੀ, ਹਾਸ ਕਰਨ ਕੀ ਜਿਨ ਮੈਂ ਰਚਨਾ। ਭਾਈ ਮਰਦਾਨਾ ਜੀ ਐਸੇ ਵੀ ਬਚਨ ਮਹਾਰਾਜ ਨਾਲ ਕਰ ਲੈਂਦੇ ਸੀ ਜਿਨ੍ਹਾਂ ਵਿੱਚ ਹਾਸੇ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਜੀ। ਹਾਂਜੀ, ਟਾਪੂ ਆਵਾ ਏਕ ਅਗਾਰੀ। ਹਜ਼ੂਰ ਗਰੀਬ ਨਵਾਜ ਚੱਲਦੇ ਚੱਲਦੇ ਜਦੋਂ ਅੱਗੇ ਪਹੁੰਚੇ ਗੁਰਮੁਖੋ, ਸਮੁੰਦਰ ਵਿੱਚ ਅੱਗੇ ਜਾ ਕੇ ਇੱਕ ਟਾਪੂ ਆਇਆ ਜੀ। ਗਮਨ ਕੀਨ ਪੁੰਨ ਤਹਿ ਮਜਾਰੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਫਿਰ ਉਸ ਟਾਪੂ ਦੇ ਅੰਦਰ ਚਲੇ ਗਏ ਜੀ। ਟਾਪੂ ਸਮਝਦੇ ਹੋ ਸਾਧ ਸੰਗਤ ਜੀ, ਇੱਕ ਖਾਂ ਪੱਧਰੀ ਥਾਂ ਆਉਣੀ ਸਮੁੰਦਰ 'ਚ ਜਿੱਥੇ ਕੁਝ ਵਸੋਂ ਸੀਗੀ ਜੀ, ਇੱਕ ਨਗਰ ਵਸਿਆ ਹੋਇਆ ਸੀ, ਆਈਲੈਂਡ ਕਹਿ ਲਓ। ਹਾਂਜੀ, ਦੋਏ ਕੋਸ ਤੇ ਪੁਰ ਇੱਕ ਦੇਖਾ। ਤੁਰਦਿਆਂ ਤੁਰਦਿਆਂ ਟਾਪੂ 'ਤੇ ਦੋ ਕੋ, ਕਹਿਣ ਲੱਗੇ ਜਦੋਂ ਅਸੀਂ ਅੱਗੇ ਗਏ ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਅਤੇ ਅਸੀਂ ਸਾਰਿਆਂ ਨੇ ਇੱਕ ਸੋਹਣਾ ਪੁਰ ਵੇਖਿਆ, ਸੋਹਣਾ ਨਗਰ ਵੇਖਿਆ ਅਸੀਂ। ਅਤ ਸੁੰਦਰ ਜੇ ਦੁਰਗ ਬਸ਼ੇਖਾ। ਮਹਾਰਾਜ ਉਹ ਨਗਰ ਬੜਾ ਸੋਹਣਾ ਸੀਗਾ ਜੀ, ਕਿਲ੍ਹਾ ਵੀ ਸੀਗਾ ਉਸ ਨਗਰ ਵਿੱਚ। ਹਾਂਜੀ, ਤਿਹੇ ਠਾਂ ਬੈਸ ਗਏ ਗਤ ਦਾਨਾ। ਇੱਕ ਵੱਡੀ ਦੀਵਾਰ ਸੀ ਆਸੇ ਪਾਸੇ। ਕਹਿਣ ਲੱਗਾ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਨੂੰ, ਮਹਾਰਾਜ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਸ ਦੀਵਾਰ ਦੇ ਲਾਗੇ ਬੈਠ ਗਏ। ਹਾਂਜੀ, ਨਿਕਟ ਨਗਰ ਨਹਿਕੀਨ ਪਿਆਨਾ। ਨਗਰ ਦੇ ਅੰਦਰ ਨਹੀਂ ਗਏ ਅਸੀਂ, ਮਹਾਰਾਜ ਜੀ ਵੀ ਬਹਿ ਗਏ, ਅਸੀਂ ਵੀ ਬਹਿ ਗਏ,
ਅਸੀਂ ਨਗਰ ਦੇ ਅੰਦਰ ਨਹੀਂ ਗਏ। ਹਾਂਜੀ, ਤੀਨ ਦਿਵਸ ਬੀਤੇ ਉਦਿਆਨਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਕਹਿਣ ਲੱਗਾ ਮਹਾਰਾਜ ਸਾਨੂੰ ਬੈਠਿਆਂ ਤਿੰਨ ਦਿਨ ਲੰਘ ਕੇ ਗੱਜ ਕੇ ਆਖੋ ਵਾਹਿਗੁਰੂ, ਨਾ ਅੰਨ ਅਤੇ ਨਾ ਜਲ ਜੀ। ਇਹਨਾਂ ਮਹਾਂਪੁਰਖਾਂ ਨਾਲ ਰਹਿਣਾ ਕਿਹੜਾ ਸੌਖਾ ਹੁੰਦਾ ਹੈ। ਤੁਰ 'ਤੇ ਬੰਦਾ ਪੈਂਦਾ, ਜਦੋਂ ਭੁੱਖ ਸਹਿਣੀ ਪੈਂਦੀ ਫਿਰ ਪਤਾ ਲੱਗਦਾ ਹੈ ਜੀ। ਹਾਂਜੀ, ਛਕਣ ਨੂੰ ਵੀ ਬੜਾ ਮਿਲਦਾ ਅਤੇ ਇਮਤਿਹਾਨ ਲੈਣਾ ਹੋਏ ਤਾਂ ਕੜਾਕੇ ਵੀ ਵਰਤਾ ਦਿੰਦੇ ਆ ਜੀ, ਭੁੱਖਿਆਂ ਵੀ ਰਹਿਣਾ ਪੈ ਜਾਂਦਾ। ਕਹਿੰਦੇ ਮਹਾਰਾਜ ਤਿੰਨ ਦਿਨ ਹੋ ਗਏ ਕੁਝ ਛਕਣ ਨੂੰ ਹੀ ਨਹੀਂ ਮਿਲਿਆ ਜੀ, ਵੇਖੋ ਕੋਈ ਕਮੀ ਹੀ ਗੁਰੂ ਨਾਨਕ ਸਾਹਿਬ ਜੀ ਨੂੰ। ਪਰ ਮਹਾਰਾਜ ਬੈਠੇ, ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਤਿੰਨ ਦਿਨ ਅਸੀਂ ਕੁਝ ਨਹੀਂ ਛਕਿਆ। ਹਾਂਜੀ, ਤਬ ਮਰਦਾਨੇ ਬਚਨ ਬਖਾਨਾ। ਮਹਾਰਾਜ ਫਿਰ ਕੋਲੋਂ ਮਰਦਾਨਾ ਜੀ ਨੇ ਗੱਲ ਤੋਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ। ਆਇਸ ਦੇਹੋ ਨਗਰ ਮੈਂ ਜਾਵਾਂ। ਮਹਾਰਾਜ ਹੁਕਮ ਕਰੋ ਮੈਂ ਨਗਰ ਦੇ ਵਿੱਚ ਜਾਵਾਂ, ਮਹਾਰਾਜ ਸ਼ਹਿਰ ਦੇ ਵਿੱਚ ਜਾਵਾਂ। ਤਹਿ ਬਿਲੋਕ ਮੈਂ ਤੂਰਨ ਆਵੋ। ਮਹਾਰਾਜ ਵੇਖਣ ਦਾ ਹੀ ਹੁਕਮ ਕਰੋ, ਮੈਂ ਨਗਰ ਵੇਖ ਕੇ ਹੀ ਆ ਜਾਣਾ, ਚੱਕਰ ਮਾਰ ਕੇ ਹੀ ਆ ਜਾਣਾ। ਤਿੰਨ ਦਿਨ ਹੋ ਗਏ ਇੱਥੇ ਬੈਠੇ ਹਾਂ। ਮਹਾਰਾਜ ਨੂੰ ਤਾਂ ਪਤਾ ਸੀ ਵੀ ਮਰਦਾਨਾ ਜੀ ਨੂੰ ਭੁੱਖ ਲੱਗੀ ਹੈ, ਨਗਰ ਵੇਖਣ ਨਹੀਂ ਜਾਣਾ, ਵੇਖਣ ਦੇ ਬਹਾਨੇ ਕੁਝ ਛੱਕ ਕੇ ਆਉਣਾ ਹੈ ਇਹਨਾਂ ਨੇ ਜੀ। ਮਹਾਰਾਜ ਨੂੰ ਤੇ ਪਤਾ ਸੀਗਾ ਜੀ। ਹਾਂਜੀ, ਬੋਲਤ ਭੇ ਸ਼੍ਰੀ ਮੁਖ ਬਿਗਸਾਨੇ। ਤੇ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ, ਮੈਂ ਉਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਸਾਂ, ਜਦੋਂ ਮਰਦਾਨਾ ਜੀ ਨੇ ਕਿਹਾ ਨਾ ਵੀ ਮਹਾਰਾਜ ਮੈਂ ਚੱਕਰ ਹੀ ਮਾਰ ਆਵਾਂ, ਫੇਰਾ ਹੀ ਮਾਰ ਆਵਾਂ। ਮਹਾਰਾਜ ਖੁਸ਼ ਹੋ ਕੇ ਕਹਿਣ ਲੱਗੇ, ਸ਼ੁਧਾ ਲੱਗੀ ਹੋਏ ਹੈ ਮਰਦਾਨੇ। ਮਹਾਰਾਜ ਕਹਿੰਦੇ ਮਰਦਾਨੇ ਸਿੱਧਾ ਕਹਿ ਵੀ ਤੈਨੂੰ ਭੁੱਖ ਲੱਗੀ ਹੈ। ਮਹਾਰਾਜ ਕਹਿੰਦੇ ਬਚਨ ਕਰ। ਹਾਂਜੀ, ਦੋਹਰਾ ਤੁਮਕੋ ਭੁੱਖ ਨਾ ਵਿਆਪਈ, ਤਿੱਖਾ ਸਤਾਇਨ ਕੋਈ। ਭਾਈ ਮਰਦਾਨਾ ਜੀ ਅੱਗੋਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਮੈਂ ਕੀ ਕਰ ਸਕਦਾ ਹੈ, ਨਾ ਮਹਾਰਾਜ ਤੁਹਾਨੂੰ ਭੁੱਖ ਹੀ ਲੱਗਦੀ ਤੇ ਨਾ ਤੁਹਾਨੂੰ ਪਿਆਸ ਲੱਗਦੀ ਹੈ। ਹਾਂਜੀ, ਮੋਕੋ ਆਤੁਰ ਅਤ ਕਰੈ, ਕਿਉਂ ਨਿਰਬਾਹੈ ਹਮ ਹੋਏ। ਮਹਾਰਾਜ ਆਪਣਾ ਤਾਂ ਨਹੀਂ ਗੁਜ਼ਾਰਾ ਹੋਣਾ, ਕੁਝ ਨਾ ਕੁਝ ਛਕਣਾ ਪੈਣਾ, ਕੋਈ ਪੀਣਾ ਪੈਣਾ, ਮੈਂ ਤੇ ਆਤੁਰ ਹੋ ਜਾਂਦਾ, ਵਿਆਕੁਲ ਹੋ ਜਾਂਦਾ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਮੈਂ ਨਾਲ ਸਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਦੇ ਜਦੋਂ ਦੀ ਸਾਖੀ ਸੁਣਾ ਰਿਹਾ। ਇਹ ਕੋਈ ਸੁਣੀ ਸੁਣਾਈ ਗੱਲ ਨਹੀਂ, ਵੇਖੀ ਹੋਈ ਗੱਲ ਸੁਣਾ ਰਹੇ ਆ ਜੀ ਭਾਈ ਬਾਲਾ ਜੀ। ਹਾਂਜੀ, ਚਾਉ ਭਾਈ ਫਿਰੋਂ ਸੰਗ ਤੁਮਰੇ ਹੱਠ ਕਰਕੇ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਬੜਾ ਹੱਠ ਧਾਰਨ ਕਰਕੇ ਤੁਹਾਡੇ ਨਾਲ ਤੁਰੇ ਫਿਰਦੇ, ਵਾਹ ਕੋਈ ਨਹੀਂ ਹੈਗੀ ਜੀ, ਵਾਹ ਕੋਈ ਨਹੀਂ ਹੈਗੀ। ਹਾਂਜੀ, ਅਚੋਂ ਅਸਨ ਅਬ ਨਗਰ ਨੇ ਹਰ ਕੈ। ਤੇ ਸੱਚ ਹੈ ਵੀ ਮੈਂ ਸ਼ਹਿਰ ਦੇ ਵਿੱਚ ਜਾ ਕੇ, ਨਗਰ ਦੇ ਵਿੱਚ ਜਾ ਕੇ ਤੇ ਕੁਝ ਖਾਣਾ ਚਾਹੁੰਦਾ, ਕੁਝ ਛਕਣਾ ਚਾਹੁੰਦਾ, ਮੈਨੂੰ ਭੁੱਖ ਲੱਗੀ ਹੈ। ਸ਼੍ਰੀ ਗੁਰਭਨੈ ਧਰੋ ਸੰਤੋਖ, ਗੱਜ ਕੇ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਭਾਈ ਬਾਲਾ ਜੀ ਕਹਿੰਦੇ ਸਤਿਗੁਰੂ, ਅੱਗੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਮਰਦਾਨਿਆ ਸੰਤੋਖ ਰੱਖ ਲੈ, ਸੰਤੋਖ ਰੱਖ ਲੈ। ਹਾਂਜੀ, ਸ਼੍ਰੀ ਕਰਤਾਰ ਕਰੈ ਤਬ ਪੋਖੰ। ਸ਼੍ਰੀ ਕਰਤਾਰ ਪਰਮੇਸ਼ਰ ਵਾਹਿਗੁਰੂ ਜੀ ਤੈਨੂੰ ਇੱਥੇ ਬੈਠਿਆਂ ਨੂੰ ਹੀ ਪ੍ਰਸ਼ਾਦਾ ਦੇ ਦੇਣਗੇ, ਗੱਜ ਕੇ ਆਖੋ ਵਾਹਿਗੁਰੂ। ਐਵੇਂ ਭੱਜ ਨੱਸ ਕਰਨ ਦਾ ਲਾਭ ਕੋਈ ਨਹੀਂ ਹੈਗਾ, ਇੱਥੇ ਬੈਠਿਆਂ ਨੂੰ ਹੀ ਪ੍ਰਸ਼ਾਦਾ ਆ ਜਾਣਾ ਹੈ। ਹਾਂਜੀ, ਯਤਨ ਕਰਨ ਹਿਤ ਮਨ ਨਾ ਡੁਲਾਵੋ। ਯਤਨ ਕਰਨ ਵਾਸਤੇ ਮਨ ਨਾ ਡੁਲਾ। ਬੰਦਾ ਕਹਿੰਦਾ ਵੀ ਯਤਨ ਕਰਨਾ ਮੇਰਾ ਫਰਜ਼ ਹੈ, ਪਰ ਜਿੱਥੇ ਮਹਾਰਾਜ ਕਹਿ ਦੇਣ ਬੰਦਾ ਫਿਰ ਯਤਨ ਕਰੇ ਫਿਰ ਮਾੜੀ ਗੱਲ ਹੈ। ਐਵੇਂ ਨਾ ਯਤਨ ਕਰਦਾ ਫਿਰ ਮਨ ਨਾ ਡੁਲਾ ਆਪਣਾ। ਹਾਂਜੀ, ਪਰਾ ਲਭਦ ਬੈਠੇ ਹੀ ਪਾਵੋ। ਜਿਹੜੀ ਤੇਰੀ ਪਰਾ ਲਭਦ ਵਿੱਚ ਪ੍ਰਸ਼ਾਦਾ ਲਿਖਿਆ ਹੈ ਨਾ, ਸਤਿਗੁਰੂ ਕਹਿਣ ਲੱਗੇ ਮਰਦਾਨਿਆ ਤੂੰ ਬੈਠਾ ਰਹਿ, ਇੱਥੇ ਬੈਠਿਆਂ ਹੀ ਤੈਨੂੰ ਮਿਲ ਜਾਣਾ ਕਹਿਣ ਲੱਗੇ। ਹਾਂਜੀ, ਬੂਝਣ ਲੱਗਾ ਬਹੁਰ ਮਰਦਾਨਾ। ਭਾਈ ਮਰਦਾਨਾ ਜੀ ਅੱਗੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਣ ਲੱਗੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ, ਕਿਆ ਇਹ ਪੁਰ ਕੋ ਨਾਮ ਸੁਜਾਨਾ। ਸੱਚੇ ਪਾਤਸ਼ਾਹ ਗਰੀਬ ਨਵਾਜ, ਫਿਰ ਚਲੋ ਨਗਰ ਦੇ ਵਿੱਚ ਨਹੀਂ ਜਾਣ ਦੇਣਾ, ਇੱਕ ਕਿਰਪਾ ਕਰੋ ਇਹੋ ਹੀ ਦੱਸ ਦਿਓ ਵੀ ਇਸ ਨਗਰ ਦਾ ਨਾਮ ਕੀ ਹੈਗਾ। ਮਹਾਰਾਜ ਮਹਾਰਾਜ ਆਪ ਜੀ ਨੂੰ ਤੇ ਸਾਰਾ ਹੀ ਪਤਾ। ਹਾਂਜੀ, ਸੁਣ ਸ਼੍ਰੀ ਗੁਰ ਨੇ ਦੀਨ ਬਤਾਈ। ਤੇ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜਦੋਂ ਮਰਦਾਨਾ ਜੀ ਨੇ ਪੁੱਛਿਆ ਨਾ ਨਾਮ,
ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਫਿਰ ਨਾਮ ਦੱਸਿਆ ਜੀ ਸ਼ਹਿਰ ਦਾ, ਨਗਰ ਦਾ ਨਾਮ ਬ੍ਰਹਮਪੁਰ ਇਸੈ ਅਲਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨੇ ਇਸ ਨਗਰ ਦਾ ਨਾਮ ਹੈ ਬ੍ਰਹਮਪੁਰ। ਹਾਂਜੀ, ਜਾਨੋ ਬ੍ਰਾਹਮਣ ਭੂਪਤ ਨਗਰਾ। ਇੱਕ ਬ੍ਰਾਹਮਣ ਬੜਾ ਸ੍ਰੇਸ਼ਟ, ਉਹ ਇਸ ਨਗਰ ਦਾ ਰਾਜਾ ਹੈ ਕਹਿਣ ਲੱਗੇ। ਹਾਂਜੀ, ਕਰਤ ਰਾਜ ਇਹ ਟਾਪੂ ਸਗਰਾ, ਉਹ ਇਸ ਟਾਪੂ ਤੇ ਰਾਜ ਕਰਦਾ, ਇਸ ਸਾਰੇ ਟਾਪੂ ਤੇ ਉਸ ਬ੍ਰਾਹਮਣ ਦਾ ਰਾਜ ਹੈ। ਕਹਿਤ ਪਰਸਪਰ ਅਸਬਿਦ ਮੈਨਾ, ਜੇ ਨਿਜ ਕਿੰਕਰ ਤੇ ਗਤ ਦੈਨਾ। ਹਜ਼ੂਰ ਗਰੀਬ ਨਵਾਜ ਆਪਣੇ ਸੇਵਕਾਂ ਨੂੰ ਮੁਕਤੀ ਦੇਣ ਵਾਲੇ, ਇਸ ਤਰੀਕੇ ਨਾਲ ਅਜੇ ਬਚਨ ਹੀ ਕਰ ਰਹੇ ਸਨ ਭਾਈ ਮਰਦਾਨਾ ਜੀ ਦੇ ਨਾਲ। ਤੇਹ ਸ਼ਿਨ ਬ੍ਰਿੰਦ ਮਿਰਗ ਲਘੂ ਆਏ। ਸਾਧ ਸੰਗਤ ਜੀ, ਭਾਈ ਬਾਲਾ ਜੀ ਕਹਿੰਦੇ ਮਹਾਰਾਜ ਉੱਥੇ ਸਾਡੇ ਸਾਹਮਣੇ ਛੋਟੇ ਛੋਟੇ ਹਿਰਣਾਂ ਦਾ ਝੁੰਡ ਸਾਡੇ ਸਾਹਮਣੇ ਅੱਗੋਂ ਭੱਜਦਾ ਹੋਇਆ ਲੰਘਿਆ ਮਹਾਰਾਜ, ਬੜੀ ਤੇਜ਼ੀ ਨਾਲ, ਜਿਵੇਂ ਆਪਣੀ ਜਾਨ ਬਚਾ ਰਿਹਾ ਹੋਵੇ। ਮਹਾਰਾਜ ਹਿਰਣਾਂ ਦਾ ਝੁੰਡ ਲੰਘਿਆ ਸਾਡੇ ਸਾਹਮਣੇ। ਚਕਿਤ ਬਲੋਕਤ ਸ਼੍ਰੋਣ ਉਠਾਏ। ਬਸ ਉਹ ਮਰਦਾਨਾ ਜੀ ਨੂੰ ਬਾਅਦ ਚੋਂ ਬਚਨ ਹੀ ਨਾ ਆਇਆ ਜੀ ਕੋਈ, ਬੜੇ ਹੈਰਾਨ ਹੋਏ ਵੀ ਇਹ ਹਿਰਣਾਂ ਦਾ ਝੁੰਡ ਜਿਹੜਾ ਹੈ ਇਹ ਕਿਸ ਪਾਸੇ ਭੱਜਿਆ ਜਾ ਰਿਹਾ। ਹਾਂਜੀ, ਭੈ ਕਰ ਭਾਗੇ ਜਾਹੇ ਅਗਾਰੇ। ਇਹ ਡਰਦੇ ਹੋਏ ਭੱਜੇ ਜਾ ਰਹੇ, ਜਿਵੇਂ ਇਹਨਾਂ ਹਿਰਣਾਂ ਨੂੰ ਕੋਈ ਮਾਰ ਰਿਹਾ ਹੋਵੇ। ਸਤਿਗੁਰੂ ਨੂੰ ਤੇ ਸਾਰੀ ਗੱਲ ਦਾ ਪਤਾ ਸੀ, ਮਰਦਾਨਾ ਜੀ ਮਨ ਵਿੱਚ ਸੋਚਣ ਦਏ। ਹਾਂਜੀ, ਆਵਤ ਸ਼ੂਕਰ ਬਹੁਰ ਨਿਹਾਰੇ। ਹੁਣ ਉਹ ਹਿਰਣਾਂ ਦਾ ਝੁੰਡ ਤੇ ਲੰਘ ਗਿਆ ਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਫਿਰ ਕੁੱਤਿਆਂ ਦਾ ਝੁੰਡ ਆ ਗਿਆ, ਵਾਹਿਗੁਰੂ ਸੂਰਾਂ ਦਾ ਝੁੰਡ ਆ ਗਿਆ। ਆਵਤ ਸ਼ੂਕਰ, ਕੂਕਰ ਕੁੱਤੇ ਹੁੰਦੇ ਆ, ਸ਼ੂਕਰ ਸੂਰ ਹੁੰਦੇ ਆ ਸਾਧ ਸੰਗਤ ਜੀ। ਸੂਰਾਂ ਦਾ ਝੁੰਡ ਲੰਘ ਗਿਆ ਜੀ। ਹਾਂਜੀ, ਬਦਨ ਰਦਨ ਸ਼ਬ ਅਸ ਇਹ ਠੌਰੇ। ਕਹਿਣ ਲੱਗੇ ਉਹਨਾਂ ਦਾ ਮੁਖ ਕਾਲਾ, ਹੋਰ ਹੀ ਪ੍ਰਕਾਰ ਦੇ ਸੂਰ ਦੌੜਦੇ ਜਾ ਰਹੇ ਸਨ ਉਹਨਾਂ ਹਿਰਣਾਂ ਦੇ ਮਗਰ। ਜਨ ਸ਼ਸ਼ ਗਹੇ ਰਹਾ ਬਹੁ ਦੌਰੇ, ਆਏ ਤਿਨਕੇ ਸਵਾਨ ਪਛਾਰੀ। ਉਹਨਾਂ ਦੇ ਪਿੱਛੇ ਫਿਰ ਕੁੱਤੇ ਆਏ ਮਹਾਰਾਜ, ਗੱਜ ਕੇ ਆਖੋ ਵਾਹਿਗੁਰੂ। ਪਹਿਲਾਂ ਹਿਰਣ, ਫਿਰ ਸੂਰ, ਫਿਰ ਕੁੱਤੇ, ਮਹਾਰਾਜ ਭੱਜੇ ਜਾਣ ਉਸ ਪਾਸੇ ਸਾਰੇ। ਗਹਿਨ ਹੇਤ ਦੌਰੇ ਬਲ ਧਾਰੀ, ਤੇ ਉਹ ਮਾਨੋ ਸੂਰਾਂ ਨੂੰ ਫੜਨ ਜਾ ਰਹੇ ਹੋਣ ਭੱਜ ਕੇ। ਹਾਂਜੀ, ਲਏ ਬਾਵਰਾ ਪੁੰਨ ਨਰ ਆਏ, ਤੇ ਫਿਰ ਜਾਲ ਚੁੱਕੀ ਮਹਾਰਾਜ। ਬੜੇ ਬੰਦੇ ਵੇਖੇ ਅਸੀਂ ਜੀ ਜਿਨ੍ਹਾਂ ਨੇ ਹੱਥ ਵਿੱਚ ਜਾਲ ਫੜਿਆ, ਤੇ ਮਾਨੋ ਉਹ ਇਹਨਾਂ ਨੂੰ ਸਾਰਿਆਂ ਨੂੰ ਕੈਦ ਕਰਨਾ ਚਾਹੁੰਦੇ ਸੀ, ਸ਼ਿਕਾਰ ਕਰ ਰਹੇ ਸਨ ਸਾਰੇ। ਬਹਿਰੀ ਬਾਜ ਸਿਚਾਨ ਉਡਾਏ, ਉਹਨਾਂ ਨੇ ਜਾਲ ਵਿੱਚ ਬੜੇ ਪ੍ਰਕਾਰ ਦੇ ਬਾਜ ਪੰਛੀ ਜਿਹੜੇ ਸਨ ਮਹਾਰਾਜ ਸੱਚੇ ਪਾਤਸ਼ਾਹ ਉਹ ਸਾਰਿਆਂ ਨੇ ਫੜੇ ਹੋਏ ਸਨ। ਜਿਤਨੇ ਬਹੁਤ ਬਿਹੰਗ ਗਹਾਏ, ਬਹੁਰ ਸੂਰ ਦੁਰਾਵਤ ਆਏ। ਉਹਨਾਂ ਪਾਸ ਬੜੇ ਪੰਛੀ ਉਹਨਾਂ ਫੜੇ ਹੋਏ ਆ, ਉਹ ਬੰਦੇ ਲੰਘੇ ਤੇ ਬਾਅਦ ਚੋਂ ਬੜੇ ਘੋੜੇ ਲੰਘਣ ਲੱਗ ਪਏ। ਗੱਜ ਕੇ ਆਖੋ ਵਾਹਿਗੁਰੂ। ਭਾਈ ਬਾਲਾ ਜੀ ਤੇ ਮਰਦਾਨਾ ਜੀ ਮਹਾਰਾਜ ਦੇ ਲਾਗੇ ਬੈਠੇ ਸੋਚਣ ਦੇ ਵੀ ਇਹ ਕੀ ਹੋ ਰਿਹਾ। ਹਾਂਜੀ, ਤਿਨਕੇ ਪਾਛੇ ਹੁਤੋ ਭੁਵਾਲਾ, ਤੇ ਹੇ ਗੁਰੂ ਅੰਗਦ ਦੇਵ ਸਾਹਿਬ ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਲਾਗੇ ਬੈਠੇ ਤੇ ਉਹਨਾਂ ਸਾਰਿਆਂ ਦੇ ਪਿੱਛੇ ਉਸੇ ਨਗਰ ਦਰਵਾਜ਼ਾ ਖੋਲ੍ਹ ਦਿਓ, ਠਾਠਾ ਵੱਜਦਾ, ਖੋਲ੍ਹ ਦਿਓ ਥੋੜ੍ਹਾ ਜਿਹਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਉਸੇ ਹੀ ਮਹਾਰਾਜ ਨਗਰ ਦਾ ਰਾਜਾ ਸਭ ਤੋਂ ਪਿੱਛੇ ਆ ਰਿਹਾ ਸੀਗਾ। ਜਾਂਕੀ ਸ਼ੋਭਾ ਦਿਪਤ ਬਿਸਾਲਾ, ਬੜੇ ਪ੍ਰਕਾਰ ਦੇ ਗਹਿਣੇ ਪਾਏ ਤੇ ਚਮਕੰਦੇ ਬੜੇ ਵਧੀਆ ਕੱਪੜੇ ਪਾਏ। ਕੱਪੜਿਆਂ ਤੋਂ ਪਤਾ ਲੱਗਦਾ ਸੀ ਵੀ ਇਹੋ ਹੀ ਇਸ ਨਗਰ ਦਾ ਰਾਜਾ ਹੈ ਜਿਹੜਾ ਸਾਰਿਆਂ ਤੋਂ ਪਿੱਛੇ ਆ ਰਿਹਾ। ਜਹ ਬੇਸੇ ਬੇਦੀ ਕੁਲ ਦੀਪਾ, ਸੋ ਚਲ ਆਵਾ ਤਬੈ ਸਮੀਪਾ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜਿਸ ਪਾਸੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਬੈਠੇ ਸਨ ਨਾ, ਰਾਜਾ ਉਸੇ ਪਾਸੇ ਆ ਗਿਆ ਜੀ। ਹਾਂਜੀ, ਮਰਦਾਨੇ ਸੋ ਬੋਲਿਓ ਐਸੇ, ਮਹਾਰਾਜ ਨੇ ਤੇ ਨੇਤਰ ਬੰਦ ਕੀਤੇ ਸਨ ਤੇ ਰਾਜੇ ਨੇ ਭਾਈ ਮਰਦਾਨਾ ਜੀ ਨਾਲ ਗੱਲ ਕੀਤੀ ਜੀ। ਹਾਂਜੀ, ਆਹੋ ਕੌਣ ਤੁਮ ਕਾਨਨ ਬੈਸੇ, ਭਾਈ
ਕੌਣ ਜੇ ਤੁਸੀਂ ਇਸ ਤਰ੍ਹਾਂ ਇੱਥੇ ਜੰਗਲ ਵਿੱਚ ਬੈਠੇ ਹੋ? ਹਾਂਜੀ, ਵੈਸਿਓ ਖਿਜਤ ਸ਼ੁਦਾ ਜਿਹ ਲਾਗੀ। ਭਾਈ ਬਾਲਾ ਜੀ ਮਹਾਰਾਜ ਨੂੰ ਦੱਸਣ ਦੇ, ਮਹਾਰਾਜ ਉਰੋਂ ਮਰਦਾਨਾ ਜੀ ਨੂੰ ਭੁੱਖ ਬੜੀ ਲੱਗੀ ਸੀ ਤੇ ਮਰਦਾਨਾ ਜੀ ਖਿਜੇ ਹੋਏ ਸੀਗੇ ਬੜੇ ਜੀ। ਹਾਂਜੀ, ਨਿਰਪ ਬੂਜੇ ਤੇ ਰਿਸ ਪੁਨ ਜਾਗੀ। ਤੇ ਭੁੱਖੇ ਬੰਦੇ ਨੂੰ ਕੋਈ ਬਾਰ ਬਾਰ ਸਵਾਲ ਕਰੇ ਨਾ ਜੀ, ਉਹਨੂੰ ਬੜੀ ਖਿੱਚ ਚੜ੍ਹਦੀ ਤੇ ਸਵਾਲ ਪੁੱਛਣ ਵਾਲੇ ਤੇ ਵੀ ਗੁੱਸਾ ਚੜ੍ਹਦਾ ਹੈ। ਹਾਂਜੀ, ਤੇ ਭਾਈ ਮਰਦਾਨਾ ਜੀ ਰਾਜੇ ਨਾਲ ਖਿੱਚ ਕੇ ਬੋਲੇ ਜੀ, ਗੁੱਸੇ ਵਿੱਚ ਬੋਲੇ। ਕਹਿਣ ਲੱਗੇ ਓ ਲੋਚਨ ਤੁਝ ਸੰਗਾ। ਕੱਜ ਕੇ ਅੱਖ ਵਾਹਿਗੁਰੂ। ਪਤਾ ਕੀ ਕਹਿਣ ਲੱਗੇ ਰਾਜੇ ਨੂੰ? ਕਹਿੰਦੇ ਤੈਨੂੰ ਅੱਖਾਂ ਨੀ ਲੱਗੀਆਂ, ਤੈਨੂੰ ਅੱਖਾਂ ਨੀ ਲੱਗੀਆਂ। ਹਾਂਜੀ, ਦੇਖੋ ਹਮ ਮਨੁੱਖ ਸਰਬੰਗਾ। ਪੁੱਛ ਰਿਹਾ ਕੌਣ ਹੈ? ਤੈਨੂੰ ਨੀ ਪਤਾ ਅਸੀਂ ਮਨੁੱਖ ਹੈਗੇ ਆ? ਅਸੀਂ ਮਨੁੱਖ ਆ, ਵੇਖ ਲਾ ਆਪਣੀਆਂ ਅੱਖਾਂ ਨਾਲ। ਮਧੁਰ ਬੈਨ ਸੁਨ ਬੈਨ ਅਲਾਏ। ਰਾਜੇ ਦਾ ਨਾਮ ਸੀਗਾ ਰਾਜਾ ਮਧੁਰ ਬੈਨ। ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਜਦੋਂ ਰਾਜੇ ਨੇ ਭਾਈ ਮਰਦਾਨਾ ਜੀ ਦੀ ਅੰਮ੍ਰਿਤ ਬਾਣੀ ਸੁਣੀ ਜੀ, ਵੀ ਇਹ ਤੇ ਗੁੱਸੇ ਚ ਬੋਲ ਰਹੇ ਆ, ਤੇ ਸਾਧ ਸੰਗਤ ਦੀ ਅੱਗੋਂ ਮਧੁਰ ਰਾਜੇ ਮਧੁਰ ਬੈਨ ਰਾਜੇ ਨੇ ਬਚਨ ਕੀਤਾ, ਹੋ ਤੁਮ ਅਤੀਤ ਦੇਹੋ ਬਤਾਏ। ਕਹਿਣ ਲੱਗਾ ਕਿ ਤੁਸੀਂ ਫਕੀਰ ਹੋ, ਸਾਨੂੰ ਮੈਨੂੰ ਦੱਸੋ ਜੇ ਤੁਸੀਂ ਫਕੀਰ ਹੋ ਤੇ। ਹਾਂਜੀ, ਖਿੱਚ ਕੇ ਬਹੁ ਬੋਲਿਓ ਮਰਦਾਨਾ। ਤੇ ਮਰਦਾਨਾ ਜੀ ਫਿਰ ਅੱਗੋਂ ਖਿੱਚ ਕੇ ਨਾ ਜੀ ਅੱਗੋਂ ਫਿਰ ਰਾਜੇ ਨੂੰ ਦਬਕਾ ਮਾਰ ਦਿੱਤਾ ਜੀ ਮਰਦਾਨਾ ਜੀ ਨੇ। ਤੁਝ ਕਿਆ ਲੋਚਨ ਸੰਗ ਦਿਖਾਨਾ। ਕਹਿ ਲੱਗੇ ਤੈਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਨੀ ਅਸੀਂ ਕੀ ਹੈਗੇ ਆ? ਗੱਜ ਕੇ ਆਖੋ, ਤੈਨੂੰ ਲੱਗੀਆਂ ਕਿ ਨਹੀਂ ਲੱਗੀਆਂ ਅੱਖਾਂ? ਤੈਨੂੰ ਨੀ ਵੇਖਦਾ ਅਸੀਂ ਕੀ ਹੈਗੇ ਆ? ਅਸ ਕਹਿ ਬੰਕ ਨੈਣ ਕਰ ਹੇਰਾ। ਇਹ ਕਹਿ ਕੇ ਟੇਢੀਆਂ ਅੱਖਾਂ ਕਰਕੇ ਵੇਖਿਆ ਜੀ ਮਰਦਾਨਾ ਜੀ ਨੇ ਰਾਜੇ ਵੱਲ ਨਾ ਜੀ, ਟੇਢੀਆਂ ਅੱਖਾਂ ਦੇ ਨਾਲ ਵੇਖਿਆ ਜੀ। ਅਸੀਂ ਵੀ ਵੇਖਦੇ ਹਾਂ, ਹੁਣੇ ਵੇਖਿਆ ਦਰਵਾਜ਼ੇ ਵੱਲ ਜੀ ਮੈਂ ਭੈੜਾ ਜਿਹਾ। ਹਾਂਜੀ, ਟੇਢੀਆਂ ਅੱਖਾਂ ਕਰਕੇ ਵੇਖਿਆ ਮਰਦਾਨਾ ਜੀ ਨੇ। ਨਿਰਪ ਸੋ ਬੋਲਿਓ ਬਚਨਾ ਫੇਰਾ। ਰਾਜੇ ਨੇ ਕੋਈ ਗੱਲ ਹੀ ਨਾ ਕੀਤੀ ਵੀ ਲੱਗਦੇ ਤੇ ਫਕੀਰ ਹੀ ਹੈ ਤੇ ਟੇਢਾ ਟੇਢਾ ਵੇਖਦੇ ਆ ਤੇ ਮੈਂ ਚੁੱਪ ਹੀ ਰਵਾਂ। ਭਾਈ ਬਾਲਾ ਜੀ ਕਹਿੰਦੇ ਰਾਜਾ ਵੇਖ ਕੇ ਚੁੱਪ ਹੋ ਗਿਆ ਜੀ। ਹਾਂਜੀ, ਨੀਚ ਡੀਠ ਕਰ ਬੈਠ ਰਹਾ ਵਾ। ਮਰਦਾਨਾ ਜੀ ਬੜੇ ਖਿਜੇ ਹੋਏ, ਅੱਖਾਂ ਥੱਲੇ ਕਰਕੇ ਬਹਿ ਗਏ ਜੀ। ਹਾਂਜੀ, ਜਿਹ ਕਹਿ ਕੋ ਨਹਿ ਬੋਲ ਸੁਖਾਵਾ। ਗੱਜ ਕੇ ਆਖੋ ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਜਿਹ ਕਹਿ ਕੋ ਨਹਿ ਬੋਲ ਸੁਹਾਵਾ। ਕਹਿਣ ਲੱਗੇ ਉਹ ਜਿਹੜਾ ਬੋਲ ਬੋਲਿਆ ਮਰਦਾਨਾ ਜੀ ਨੂੰ ਆਪਣੇ ਆਪ ਨੂੰ ਵੀ ਨਹੀਂ ਚੰਗਾ ਲੱਗਾ ਤੇ ਰਾਜੇ ਨੂੰ ਵੀ ਨਹੀਂ ਚੰਗਾ ਲੱਗਾ ਜੀ। ਫਿੱਕਾ ਬੋਲ ਹੁੰਦਾ ਹੀ ਐਸਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਉਹ ਆਪਣੇ ਆਪ ਨੂੰ ਵੀ ਬੰਦਾ ਬੁਰਾ ਹੀ ਮਹਿਸੂਸ ਕਰਦਾ। ਹਾਂਜੀ, ਸੁਣ ਸ਼੍ਰੀ ਅੰਗਦ ਮੈਂ ਤਬ ਜਾਨੀ। ਤੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮੈਂ ਸਾਰੀ ਘਟਨਾ ਵੇਖ ਰਿਹਾ ਸਾਂ। ਭਾਈ ਬਾਲਾ ਜੀ ਕਹਿੰਦੇ, ਸ਼੍ਰੀ ਨਾਨਕ ਹੈ ਤੂਸ਼ਨ ਠਾਨੀ। ਮੈਂ ਵੇਖਿਆ ਵੀ ਮਹਾਰਾਜ ਚੁੱਪ ਨੇ, ਮਹਾਰਾਜ ਨੇ ਵੀ ਰਾਜੇ ਨਾਲ ਕੋਈ ਗੱਲ ਨਹੀਂ ਕੀਤੀ। ਖਿਜਿਓ ਸ਼ੁਦਾ ਸੋ ਬਹੁ ਮਰਦਾਨਾ। ਤੇ ਮਰਦਾਨਾ ਜੀ ਤੇ ਭੁੱਖ ਤੋਂ ਖਿਜੇ ਹੋਏ ਸਨ। ਹਾਂਜੀ, ਯੋ ਵਿਚਾਰ ਮੈਂ ਬਚਨ ਬਖਾਨਾ। ਇਸ ਕਰਕੇ ਉਹਨਾਂ ਨੇ ਇਹ ਬਚਨ ਕਰ ਦਿੱਤਾ ਵੀ ਵੇਖਦਾ ਨਹੀਂ ਹੈ ਮਰਦਾਨਾ ਜੀ ਨੇ, ਇਸ ਕਰਕੇ ਬਚਨ ਕਰ ਦਿੱਤਾ। ਦੋਹਰਾ ਹਮ ਆਏ ਪਰਦੇਸ ਤੇ ਕਿਸ ਹੂ ਨਾ ਸਕੈ ਪਛਾਣ। ਤੇ ਸਾਧ ਸੰਗਤ ਜੀ ਉਹਨੇ ਫਿਰ ਭਾਈ ਬਾਲਾ ਜੀ ਕਹਿੰਦੇ ਮੈਂ ਦੱਸਿਆ ਵੀ ਇਹ ਸਾਡਾ ਸਾਥੀ ਹੈ, ਭੁੱਖ ਕਰਕੇ ਖਿਜਿਆ ਹੋਇਆ, ਇਸ ਕਰਕੇ ਤੁਹਾਨੂੰ ਐਸਾ ਬੋਲਿਆ। ਅਸੀਂ ਬੜੀ ਦੂਰ ਪਰਦੇਸ਼ ਤੋਂ ਆਏ ਹਾਂ, ਬੜੀ ਦੂਰੋਂ ਅਸੀਂ ਆਏ ਹਾਂ ਤੇ ਸਾਨੂੰ ਇੱਥੇ ਤੁਹਾਡੇ ਇਲਾਕੇ ਵਿੱਚ ਕੋਈ ਪਛਾਣਦਾ ਨਹੀਂ ਹੈ। ਹਾਂਜੀ, ਸੰਤ ਵੇਖ ਦੇਖਤ ਫਿਰੈ ਅਵਨੀ ਸ਼ੁਭ ਇਸ ਥਾਨ। ਸੰਤਾਂ ਵਾਲਾ ਭੇਸ ਧਾਰਨ ਕੀਤਾ ਹੈ ਤੇ ਸੰਸਾਰ ਦੇ ਵਿੱਚ ਵਧੀਆ ਵਧੀਆ ਥਾਵਾਂ ਵੇਖਣ ਵਾਸਤੇ ਅਸੀਂ ਤੁਰੇ ਹੋਏ ਹਾਂ। ਭਾਈ ਬਾਲਾ ਜੀ ਨੇ ਰਾਜੇ ਨੂੰ ਇਹ ਗੱਲ ਦੱਸੀ ਜੀ ਫਿਰ। ਹਾਂਜੀ, ਅਗਰਜ ਤਹਿ ਟਾਪੂ ਸੁਧ ਹੋਈ, ਏਕ ਤਪਾ ਹੈ ਨਾਨਕ ਕੋਈ। ਸਾਧ ਸੰਗਤ ਜੀ, ਅੱਗੋਂ ਜਿਸ ਟਾਪੂ ਚੋਂ ਮਹਾਰਾਜ ਆਏ ਸੀ ਨਾ, ਉਸ ਟਾਪੂ ਦੇ ਵਿੱਚੋਂ ਇੱਕ ਖਬਰੀ ਨੇ ਰਾਜੇ ਮਧੁਰ ਬੈਨ ਨੂੰ ਪਹਿਲਾਂ ਹੀ ਖਬਰ ਦਿੱਤੀ ਹੋਈ ਸੀ, ਰਾਜਾ ਜੀ ਇੱਕ ਤਪਾ ਹੈ, ਉਹਦਾ ਨਾਮ ਹੈ ਗੁਰੂ ਨਾਨਕ।
ਗੱਜ ਕੇ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਇਸ ਰਾਜੇ ਨੇ ਨਾ ਪਹਿਲਾਂ ਮਹਾਰਾਜ ਬਾਰੇ ਸੁਣਿਆ ਸੀ ਤੇ ਇਹ ਨਹੀਂ ਪਤਾ ਵੀ ਉਹ ਇਹੋ ਹੀ ਨੇ ਜੀ। ਰਾਜੇ ਨੇ ਗੱਲ ਸੁਣੀ ਸੀ। ਹਾਂਜੀ। ਝੰਡੇ ਕੋ ਸਤਿਗੁਰੂ ਬਣਾਇਆ, ਸੁਧਰ ਸੈਨ ਸੋ ਭੂਪ ਬਿਆਇਆ। ਤੇ ਗੁਰੂ ਨਾਨਕ ਜੀ ਨੇ ਉਸ ਪਿਛਲੇ ਰਾਜ ਵਿੱਚ ਜਾ ਕੇ ਉੱਥੋਂ ਦੇ ਰਾਜੇ ਦਾ ਰਾਜ ਭਾਗ ਵਧਾਇਆ, ਉਹਨੂੰ ਸੁੱਖ ਦਿੱਤੇ ਹੈ। ਤੇ ਉਸ ਰਾਜ ਵਿੱਚ ਰਹਿਣ ਵਾਲਾ ਇੱਕ ਮਨੁੱਖ ਜਿਹਦਾ ਨਾਮ ਸੀ ਝੰਡਾ, ਝੰਡੇ ਨੂੰ ਗੁਰਮੁਖ ਦੀ ਪਦਵੀ ਦਿੱਤੀ ਹੈ। ਮਹਾਰਾਜ ਦਾ ਸ੍ਰੇਸ਼ਟ ਜਸ ਜਿਹੜਾ ਸੀ ਨਾ ਜੀ, ਉਹ ਰਾਜਾ ਮਧੁਰ ਬੈਨ ਪਹਿਲਾਂ ਹੀ ਸੁਣ ਚੁੱਕਾ ਸੀਗਾ ਜੀ। ਹਾਂਜੀ। ਮਧੁਰ ਬੈਨ ਸਮਝੀ ਮਨ ਮਾਹੀ। ਮਧੁਰ ਬੈਨ ਨੇ ਆਪਣੇ ਮਨ ਵਿੱਚ ਸਮਝ ਲਿਆ ਜੀ, ਭਾਈ ਬਾਲਾ ਜੀ ਦੀ ਗੱਲ ਸੁਣ ਕੇ। ਸੋ ਤਪਾ ਸੁਣਿਓ ਜਸ ਜਾਹੀ। ਗੱਜ ਕੇ ਆਖੋ, ਸੁਣਨਾ ਬੜਾ ਜ਼ਰੂਰੀ ਹੈ ਜੀ। ਸੁਣਿਆ ਸੁਣਿਆ ਬੰਦੇ ਨੂੰ ਬਹੁਤ ਕੁਝ ਪਤਾ ਲੱਗਦਾ ਹੈ। ਰਾਜਾ ਮਧੁਰ ਬੈਨ ਸੋਚਣ ਲੱਗਾ, ਇਹ ਉਹੋ ਹੀ ਤਪਾ ਨੇ ਜਿਨ੍ਹਾਂ ਦੀ ਮੈਂ ਸਿਫਤ ਸੁਣੀ ਹੈ, ਲੱਗਦੇ ਤੇ ਉਹੋ ਹੀ ਨੇ। ਹਾਂਜੀ। ਨਿਸ਼ਚੈ ਕਰ ਬੂਝਣ ਕੇ ਕਾਰਨ। ਤੇ ਆਪਣੇ ਮਨ ਵਿੱਚ ਭਰੋਸਾ ਕਰਕੇ ਵੀ ਇਹ ਉਹੋ ਹੀ ਨੇ, ਪਰ ਮੈਂ ਇੱਕ ਵਾਰੀ ਪੁੱਛ ਲਵਾਂ। ਹਾਂਜੀ। ਬਾਹਰੋਂ ਕੀਨੋ ਬਚਨ ਉਚਾਰਨ। ਤੇ ਰਾਜਾ ਨਾ ਭਾਈ ਬਾਲਾ ਜੀ ਨੂੰ ਪੁੱਛਣ ਲੱਗਾ ਜੀ ਫਿਰ। ਹਾਂਜੀ। ਕੋ ਹੈ ਨਾਮ, ਕੌਣ ਤੁਮ ਦੇਸ਼ਾ। ਭਾਈ ਤੁਹਾਡਾ ਨਾਮ ਕੀ ਹੈ, ਤੁਹਾਡਾ ਦੇਸ਼ ਕਿਹੜਾ ਹੈ। ਕਹਾਂ ਸਿਧਾਰੋ ਕਾਂਕੋ ਬੇਸਾ। ਤੇ ਕਿੱਥੇ ਜਾ ਰਹੇ ਹੋ, ਕਿਹੜਾ ਭੇਸ ਧਾਰਨ ਕੀਤਾ ਹੈ, ਮੈਨੂੰ ਸਾਰੀ ਗੱਲ ਦੱਸੋ। ਸੁਣ ਮੈਂ ਕਹਿਓ ਨਾਮ ਮਮ ਬਾਲਾ। ਤੇ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਕਹਿੰਦੇ, ਮਹਾਰਾਜ ਰਾਜਾ ਮੇਰੇ ਨਾਲ ਗੱਲ ਕਰ ਰਿਹਾ ਸੀ, ਇਸ ਕਰਕੇ ਪਹਿਲਾਂ ਮੈਂ ਆਪਣਾ ਨਾਮ ਦੱਸਿਆ। ਰਾਜਾ ਜੀ ਮੇਰਾ ਨਾਮ ਬਾਲਾ ਹੈ। ਇਹ ਸਰੂਪ ਸ਼੍ਰੀ ਨਾਨਕ ਦਿਆਲਾ। ਹੱਥ ਜੋੜ ਕੇ ਪਿਆਰ ਨਾਲ ਸਾਰੇ ਗੱਜ ਕੇ ਕਹੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਰਾਜਾ ਜੀ ਇਹ ਨੇ ਮੇਰੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਇਹ ਗੁਰੂ ਨਾਨਕ ਦੇਵ ਸਾਹਿਬ ਮੇਰੇ ਸਤਿਗੁਰੂ ਜੀ ਦਾ ਸਰੂਪ ਹੈ। ਹਾਂਜੀ। ਦੋਹਰਾ ਜਾਂ ਕੋ ਮਰਦਾਨਾ ਹੈ। ਤੇ ਆਹ ਜਿਹੜਾ ਬੋਲ ਰਿਹਾ ਸੀ ਖਿੱਚ ਕੇ, ਇਹ ਸਾਡਾ ਸਾਥੀ ਹੈ ਤੇ ਇਹਦਾ ਨਾਮ ਮਰਦਾਨਾ ਹੈ, ਮਰਦਾਨਾ। ਮਦਰ ਦੇਸ਼ ਹਮ ਧਾਮ। ਪੰਜਾਬ ਦੇ ਵਿੱਚ ਅਸੀਂ ਰਹਿੰਦੇ ਹਾਂ, ਪੰਜਾਬ ਦੇ ਵਿੱਚ ਸਾਡਾ ਘਰ ਹੈ ਸਾਰਿਆਂ ਦਾ। ਹਾਂਜੀ। ਸੇਵਤ ਸ਼੍ਰੀ ਗੁਰ ਪਦ ਪਦਮ, ਮੁਕਤ ਹੋਣ ਕੇ ਕਾਮ। ਅਸੀਂ ਦੋਵੇਂ ਮੁਕਤੀ ਪ੍ਰਾਪਤ ਕਰਨ ਵਾਸਤੇ ਆਪਣੇ ਇਹਨਾਂ ਸਤਿਗੁਰਾਂ ਦੀ ਸੇਵਾ ਦਿਨ ਰਾਤ ਕਰਦੇ ਰਹਿੰਦੇ ਹਾਂ, ਇਹਨਾਂ ਦੇ ਨਾਲ ਰਹਿੰਦੇ ਹੈ, ਇਹਨਾਂ ਦੀ ਸੇਵਾ ਕਰਦੇ ਵੀ ਸਾਨੂੰ ਮੁਕਤੀ ਮਿਲ ਜਾਵੇ। ਵੇਖੋ ਭਾਗ ਤੇ ਇਹਨਾਂ ਦੇ ਵੱਡੇ ਹੈਗੇ ਹੀ ਹੈ ਸੰਗਤ ਦੀ। ਹਾਂਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਅੱਠੇ ਪੈਰ ਰਹਿੰਦੇ ਹੁੰਦੇ ਸੀਗੇ ਜੀ। ਹਾਂਜੀ। ਚੌਪਈ ਹਰਖਿਓ ਮਧੁਰ ਬੈਨ ਸੁਨ ਬੈਨਾ। ਰਾਜੇ ਮਧੁਰ ਬੈਨ ਨੇ ਸਿਫਤ ਤੇ ਮਹਾਰਾਜ ਦੀ ਪਹਿਲਾਂ ਹੀ ਬੜੀ ਸੁਣੀ ਸੀ ਤੇ ਰਾਜੇ ਮਧੁਰ ਬੈਨ ਨੇ ਜਦੋਂ ਸੁਣਿਆ ਵੀ ਇਹੋ ਹੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ, ਰਾਜਾ ਮਧੁਰ ਬੈਨ ਬੜਾ ਪ੍ਰਸੰਨ ਹੋਇਆ ਜੀ। ਹਾਂਜੀ। ਨਿਸ਼ਚੇ ਲਖਿਓ ਹਿਰਦੇ ਗਤ ਦੈਨਾ। ਉਹਨੇ ਆਪਣੇ ਹਿਰਦੇ ਵਿੱਚ ਨਿਸ਼ਚੇ ਕਰ ਲਿਆ ਵੀ ਇਹ ਗੁਰੂ ਜੀ ਹੁਣ ਮੇਰੀ ਵੀ ਗਤੀ ਕਰਨਗੇ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਰਾਜੇ ਦੇ ਚੰਗੇ ਭਾਗ ਜੀ, ਰਾਜੇ ਦੇ ਚੰਗੇ ਭਾਗ। ਨਹੀਂ ਤੇ ਕਹਿ ਸਕਦਾ ਸੀ ਵੀ ਚਲੋ ਫਿਰ ਇੱਥੇ ਸਾਧੂ ਸੰਤਾਂ ਫਕੀਰਾਂ ਦਾ ਕੋਈ ਕੰਮ ਨਹੀਂ ਹੈਗਾ, ਚਲੋ ਭਾਈ ਅਗਲੇ ਨਗਰ ਚ। ਰਾਜੇ ਦੇ ਚੰਗੇ ਭਾਗ, ਰਾਜੇ ਨੇ ਫੁਰਨਾ ਬਣਾ ਲਿਆ ਵੀ ਇਹ ਮੇਰੀ ਵੀ ਗਤੀ ਕਰਨਗੇ, ਇਹ ਹੁਣ ਮੇਰਾ ਵੀ ਭਲਾ ਕਰਨਗੇ। ਜੇ ਰਾਜੇ ਸੁਧਰ ਸੈਨ ਦਾ ਭਲਾ ਕਰਕੇ ਆਏ ਤੇ ਮੇਰਾ ਵੀ ਕਰਨਗੇ ਪੱਕਾ। ਹਾਂਜੀ। ਉੱਤਰ ਤੁਰੰਗ ਜੋਰ ਜੁਗ ਹਾਥਾ। ਅੱਗੇ ਤੇ ਘੋੜੇ ਤੇ ਬਹਿ ਕੇ ਗੱਲਾਂ ਸੁਣਨ ਦਿਆ ਸੀ ਨਾ ਜੀ, ਜਦੋਂ ਰਾਜੇ ਸੁਧਰ ਸੈਨ ਨੂੰ ਪਤਾ ਲੱਗਾ ਇਹੋ ਹੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਆ, ਤੇ ਆਪਣੇ ਘੋੜੇ ਤੋਂ ਉਤਰ ਕੇ ਦੋਵੇਂ ਹੱਥ ਜੋੜ ਕੇ ਰਾਜੇ ਮਧੁਰ ਬੈਨ ਨੇ ਮੱਥਾ ਟੇਕਿਆ, ਆਪਾਂ ਵੀ ਟੇਕੀਏ ਤੇ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਭਾਇਓ ਦੀਨ ਬੰਦੇ ਜਗਨਾਥਾ। ਸੰਗਤ ਜੀ, ਜਗਤ ਦੇ ਨਾਥ
ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਰਾਜੇ ਮਧੁਰ ਬੈਨ ਨੇ ਨਮਸਕਾਰ ਕੀਤੀ ਜੀ। ਹਾਂਜੀ, ਕੀਏ ਪ੍ਰੇਮ ਪੁੰਨ ਬਿਨੈ ਬਖਾਨੀ, ਫਿਰ ਨਾ ਮਹਾਰਾਜ ਨੇ ਨੇਤਰ ਖੋਲੇ ਤੇ ਰਾਜਾ ਬੜੇ ਪਿਆਰ ਨਾਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰ ਰਿਹਾ ਹੈ। ਗਮਨੋ ਨਗਰ ਬਿਖੈ ਗੁਣ ਖਾਨੀ, ਹੇ ਗੁਣਾਂ ਦੀ ਖਾਣ ਸਤਿਗੁਰੂ ਜੀ, ਮਹਾਰਾਜ ਕਿਰਪਾ ਕਰੋ ਤੇ ਨਗਰ ਵਿੱਚ ਚਰਨ ਪਾਓ। ਮਹਾਰਾਜ ਆਪ ਜੀ ਇੱਥੇ ਬਾਹਰ ਬੈਠੇ ਹੋ, ਸ਼ਹਿਰ ਵਿੱਚ ਚੱਲੋ, ਉੱਥੇ ਚਰਨ ਪਾਓ ਮਹਾਰਾਜ। ਜਹ ਮੰਦਰ ਬਹੁ ਬਣੇ ਬਚਿੱਤਰਾ, ਮਹਾਰਾਜ ਬੜੀਆਂ ਮਹਿਲ ਮਾੜੀਆਂ ਬਣੀਆਂ, ਆਪ ਜੀ ਸੱਚੇ ਪਾਤਸ਼ਾਹ ਉੱਥੇ ਬੈਠੋ, ਵੇਖ ਲਓ ਪਤਾ ਲੱਗਦਿਆਂ ਸਾਰੀ ਬੰਦੇ ਦਾ ਤਰੀਕਾ ਬਦਲ ਗਿਆ ਸਾਰਾ ਜੀ। ਗਿਆਨ ਹੁੰਦਿਆਂ ਸਾਰ ਹੀ ਰਾਜੇ ਦਾ ਤੌਰ ਤਰੀਕਾ ਸਾਰਾ ਬਦਲ ਗਿਆ ਜੀ। ਹਾਂਜੀ, ਪਾਏ ਪਾਉ ਨਿਜ ਕਰੋ ਪਵਿੱਤਰਾ, ਮਹਾਰਾਜ ਕਿਰਪਾ ਕਰੋ ਆਪਣੇ ਸੋਹਣੇ ਚਰਨ ਸਾਡੇ ਨਗਰ ਵਿੱਚ ਪਾ ਕੇ ਨਗਰ ਪਵਿੱਤਰ ਕਰ ਦਿਓ ਸੱਚੇ ਪਾਤਸ਼ਾਹ। ਲੇਕਰ ਅੰਨ ਬਣਾਏ ਭੰਡਾਰਾ, ਅਚਹੋ ਆਪ ਕਰ ਮਧੁਰ ਆਹਾਰਾ, ਮਹਾਰਾਜ ਤੁਹਾਡੇ ਆਉਣ ਦੀ ਖੁਸ਼ੀ ਵਿੱਚ ਸਾਰੇ ਨਗਰ ਵਿੱਚ ਸਾਰੇ ਰਾਜ ਵਿੱਚ ਮੈਂ ਲੰਗਰ ਲਾਵਾਂਗਾ। ਮਹਾਰਾਜ ਤੁਸੀਂ ਵੀ ਮਹਾਰਾਜ ਆਪਣਾ ਮਨ ਭਾਉਂਦਾ ਪਦਾਰਥ ਦੱਸੋ, ਉਹੋ ਹੀ ਬਣਾ ਕੇ ਲੰਗਰ ਲਾਈਏ। ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ ਹੈ, ਸੱਚੇ ਪਾਤਸ਼ਾਹ ਇਸ ਰਾਜ ਭਾਗ ਵਿੱਚ ਚਰਨ ਪਾਏ ਹੈ। ਰੰਗ ਅਨੇਕ ਲਿਓ ਸੁੱਠ ਚੀਰੰ, ਪਹਿਰੋ ਗੁਣੀ ਗਹੀਰ ਸਰੀਰੰ, ਮਹਾਰਾਜ ਕਈ ਪ੍ਰਕਾਰ ਦੇ ਬਸਤਰ ਨੇ, ਚੱਲੋ ਮਹਾਰਾਜ ਸਰੀਰ ਤੇ ਧਾਰਨ ਕਰੋ ਜਲ ਕੇ। ਹਾਂਜੀ, ਪੁਰ ਨਾ ਚੱਲੋ ਤਾਂ ਇਹ ਪੁਚਾਵੋ, ਮਹਾਰਾਜ ਸ਼ਾਂਤ, ਮਹਾਰਾਜ ਨੇ ਨੀ ਕੋਈ ਬਚਨ ਕਿਹਾ ਵੀ ਅਸੀਂ ਚੱਲਦੇ ਹਾਂ ਜਾਂ ਨਹੀਂ। ਰਾਜਾ ਸਮਝ ਗਿਆ ਵੀ ਪਤਾ ਨਹੀਂ ਮਹਾਰਾਜ ਨੇ ਜਾਣਾ ਕਿ ਨਹੀਂ। ਰਾਜਾ ਹੱਥ ਜੋੜ ਕੇ ਸਤਿਗੁਰੂ ਨੂੰ ਕਹਿੰਦਾ, ਮਹਾਰਾਜ ਜੇ ਤੁਸੀਂ ਨਹੀਂ ਜਾਣਾ ਤਾਂ ਇੱਥੇ ਹੀ ਸਾਰਾ ਕੁਛ ਆ ਜਾਏਗਾ। ਮਹਾਰਾਜ ਲੰਗਰ ਬਸਤਰ ਕੱਪੜੇ ਪਦਾਰਥ ਇੱਥੇ ਹੀ ਸਾਰਾ ਕੁਝ ਤੁਹਾਡੇ ਚਰਨਾਂ 'ਚ ਆ ਜਾਏਗਾ। ਹਾਂਜੀ, ਕਰੋ ਸੋ ਬਿੱਦ ਜਸ ਆਏ ਸ ਪਾਵੋ, ਹੁਕਮ ਕਰੋ ਮਹਾਰਾਜ ਆਪ ਜੀ ਨੇ ਇੱਥੇ ਰਹਿਣਾ ਕਿ ਉੱਥੇ ਜਾਣਾ ਹੈ, ਜਿਵੇਂ ਤੁਹਾਡੀ ਮਰਜ਼ੀ ਉਵੇਂ ਹੋਏਗਾ। ਸੁਣ ਭਵਾਲ ਕੀ ਐਸੀ ਬਾਣੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜੇ ਦੇ ਐਸੇ ਬਚਨ ਸੁਣੇ ਨਾ ਜੀ। ਹਾਂਜੀ, ਬੋਲੇ ਬਚਨ ਗੁਰੂ ਗੁਣ ਖਾਨੀ, ਤੇ ਗੁਣਾਂ ਦੀ ਖਾਣ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਮੁਖ ਤੋਂ ਬਚਨ ਬੋਲੇ ਜੀ। ਮਹਾਰਾਜ ਨੇ ਐਸੇ ਬਚਨ ਉਚਾਰੇ, ਵੇਖ ਲਓ ਰਾਜੇ ਦੇ ਭਾਗ ਮਧੁਰ ਬੈਨ ਆਪਣੇ ਰਾਜ ਭਾਗ ਵਿੱਚ ਰਾਜ ਕਰਨ ਦਿਆ, ਤੇ ਪਿਆਰਿਓ ਗੁਰੂ ਨਾਨਕ ਦੇਵ ਸਾਹਿਬ ਚੱਲ ਕੇ ਹੀ ਇਹਨੂੰ ਦਰਸ਼ਨ ਦੇਣ ਵਾਸਤੇ ਆ ਗਏ ਜੀ। ਕੋਈ ਵੱਡੇ ਭਾਗ ਕਹੋ ਪ੍ਰੇਮ ਨਾਲ, ਧੰਨ ਗੁਰੂ ਨਾਨਕ ਦੇਵ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਕੋਈ ਪਤਾ ਨਹੀਂ ਹੈ ਜੀਵਨ ਦੇ ਕਿਹੜੇ ਮੋੜ ਤੇ ਕਿਸੇ ਬਖਸ਼ੇ ਹੋਏ ਨੇ ਸਾਧ ਸੰਗਤ ਜੀ ਮਿਲ ਜਾਣਾ ਹੈ, ਕਿਸੇ ਬਖਸ਼ੇ ਹੋਏ ਨੇ ਮਿਲ ਜਾਣਾ ਹੈ, ਇਹਦਾ ਸਾਧ ਸੰਗਤ ਜੀ ਕੀ ਪਤਾ ਲੱਗਦਾ। ਭਾਈ ਸਾਹਿਬ ਜੀ ਲਿਖਦੇ ਆ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਬਚਨ ਸੁਣੇ, ਜਦੋਂ ਬੜਾ ਮਿੱਠਾ ਹੋ ਕੇ ਉਹਨੇ ਗੁਰੂ ਸਾਹਿਬ ਨਾਲ ਬਚਨ ਕੀਤੇ ਨਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ। ਹਾਂਜੀ, ਦੋਹਰਾ ਸੁਣੇ ਬੈਨ ਮਨ ਦੀਨ, ਹੋਏ ਬੰਦੇ ਦੋਨੋਂ ਪਾਨ, ਮਹਾਰਾਜ ਉਹਦੇ ਗੱਲ ਕਰਨ ਦੇ ਤਰੀਕੇ ਤੋਂ ਬੜੇ ਪ੍ਰਸੰਨ ਹੋਏ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾ ਜੀ, ਉਹਦੇ ਗੱਲ ਕਰਨ ਦੇ ਤਰੀਕੇ ਤੋਂ ਬੜੇ ਪ੍ਰਸੰਨ ਹੋਏ। ਪਿਆਰਿਓ ਇਤਿਹਾਸ ਦੀ ਕਥਾ ਸੁਣਦਿਆਂ ਬਹੁਤ ਕੁਝ ਆਪਾਂ ਸਿੱਖਣਾ ਵੀ ਹੈ। ਗੱਲਬਾਤ ਦਾ ਤਰੀਕਾ ਇਹੋ ਜਿਹਾ ਹੋਣਾ ਚਾਹੀਦਾ ਹੈ ਵੀ ਬੰਦਾ ਸੁਣਨ ਵਾਲਾ ਵੀ ਖੁਸ਼ ਹੋਵੇ ਜੀ ਅੱਗੋਂ ਜੀ। ਕਈ ਬੰਦੇ ਤਾਂ ਬੜੇ ਇਮਾਨਦਾਰ ਹੁੰਦੇ ਅਤੇ ਬੋਲਦੇ ਬੜਾ ਰੁੱਖਾ ਨੇ ਜੀ, ਉਹ ਜੀ ਸੁਣਨ ਵਾਲੇ ਵੀ ਦੁਖੀ ਹੋ ਜਾਂਦੇ ਵੀ ਇਹ ਬੋਲ ਕੀ ਰਿਹਾ ਹੈ ਜੀ। ਹਾਂਜੀ, ਕਹੈ ਕਰੋ ਉਪਦੇਸ਼ ਮੁਝ ਅਧਿਕਾਰੀ ਸ਼ੁਭ ਜਾਨ, ਰਾਜਾ ਮਧੁਰ ਬੈਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਨਾ ਜੀ ਹੱਥ ਜੋੜ ਕੇ ਨਮਸਕਾਰ ਕਰਕੇ ਬਾਅਦ ਵਿੱਚ ਮਹਾਰਾਜ ਨੂੰ ਕਹਿੰਦਾ, ਮਹਾਰਾਜ ਮੈਨੂੰ ਉਪਦੇਸ਼ ਦਿਓ, ਮੈਨੂੰ ਰੱਬ ਦੇ ਘਰ ਦੀ ਗੱਲ ਸੁਣਾਓ, ਮੈਨੂੰ ਕੋਈ ਇਹੋ ਜਿਹੀ ਗੱਲ ਸੁਣਾਓ ਜਿਹਨੂੰ ਸੁਣ ਕੇ ਮੇਰਾ ਭਲਾ ਹੋ ਸਕੇ ਜੀ। ਹੁਣ ਆਪਾਂ ਮਿਲਦੇ ਹਾਂ, ਜਿਉਂ ਸਾਧ ਸੰਗਤ ਜੀ ਖਲੋ ਜਾਂਦੇ ਹਾਂ, ਬਸ ਚੱਲ ਨਿੰਦਿਆ ਅਤੇ ਨਿੰਦਿਆ, ਨੋਨ ਸਟੋਪ ਨਿੰਦਿਆ, ਕਦੀ ਇਹਦੀ ਕਦੀ ਉਹਦੀ, ਕਦੀ ਇਹਦੀ ਕਦੀ ਉਹਦੀ।
ਜਦੋਂ ਮਿਲਣਾ ਹੈ ਉਹ ਗੱਲ ਕਰਨੀ ਹੈ ਜਿਹਨੂੰ ਗੱਲ ਨੂੰ ਕਰਕੇ ਭਲਾ ਹੋ ਸਕੇ ਜੀ, ਭਲਾ ਹੋ ਸਕੇ। ਪਿਆਰਿਓ, ਜਿੰਨਾ ਹੋ ਸਕਦਾ ਨਾ ਨਿੰਦਾ ਤੋਂ ਬਚੋ ਜੀ। ਤੁਸੀਂ ਕਹੋਗੇ ਅਸੀਂ ਤਾਂ ਕੀਤੇ ਨੇ ਜੀ, ਸੁਣੀ ਹੈ ਬਸ। ਕਰਨ ਨਾਲੋਂ ਸੁਣਨ ਵਾਲਾ ਵੱਡਾ ਦੋਸ਼ੀ ਜੇ, ਕਿਉਂ? ਉਹ ਨਿੰਦਾ ਸੁਣ ਰਿਹਾ ਜਿਹਦੇ ਕਰਕੇ ਨਿੰਦਿਆ ਕਰਨ ਵਾਲੇ ਨੂੰ ਨਿੰਦਿਆ ਕਰਨ ਦਾ ਹੋਰ ਮੌਕਾ ਮਿਲ ਰਿਹਾ ਜੀ, ਹੋਰ ਮੌਕਾ ਮਿਲ ਰਿਹਾ। ਉਹ ਆਪਣੇ ਤੇ ਭਾਗ ਮਾੜੇ ਬਣਾ ਰਿਹਾ, ਉਹਦੇ ਵੀ ਬਣਵਾਈ ਜਾ ਰਿਹਾ ਜੀ ਨਾਲ ਦੀ ਨਾਲ ਜੀ। ਜਦੋਂ ਗੁਰੂ ਘਰ ਵਿੱਚ ਆਉਣਾ ਬੜੀ ਸੁੱਖ ਸ਼ਾਂਤੀ ਨਾਲ ਆਉਣਾ, ਅਤੇ ਇੱਥੇ ਸੰਗਤ ਕਰਕੇ ਸੁੱਖ ਸ਼ਾਂਤੀ ਦੇ ਨਾਲ ਹੀ ਵਾਪਸ ਘਰਾਂ ਨੂੰ ਜਾਣਾ ਹੈ। ਇੱਧਰ ਉੱਧਰ ਖਲੋ ਕੇ ਜਿੱਥੇ ਕੋਈ ਬਚਨ ਕਰੋਗੇ ਸਾਧ ਸੰਗਤ ਜੀ, ਸਮਝੋ ਉਸ ਚੌਂਕ ਵਿੱਚ ਸਾਰਾ ਕੁਝ ਛੱਡ ਆਏ ਜੀ। ਜਿਹੜੀ ਸੰਗਤ ਕੀਤੀ ਹੈ ਨਾ, ਉਹ ਚੌਂਕ 'ਚ ਛੱਡ ਆਏ ਸਾਰੀ। ਉਹ ਖਲਾਰਨ ਵਾਲਾ ਵੀ ਵੈਸਾ ਅਤੇ ਖਲੋਣ ਵਾਲਾ ਵੀ ਵੈਸਾ ਹੀ ਜੀ। ਹਾਂਜੀ, ਸੰਗਤ ਕਰਕੇ ਆਇਆ ਬੰਦਾ, ਪਤਾ ਲੱਗੇ ਗੁਰੂ ਕੇ ਘਰੋਂ ਆਇਆ ਜੀ, ਇਹੋ ਜਿਹੇ ਬਚਨ ਕਰਨੇ ਵੇਖ ਲਓ। ਉਹ ਰਾਜਾ ਆਇਆ ਜੇ, ਰਾਜਾ ਮਧੁਰ ਬੈਨ ਕਹਿਣ ਲੱਗਾ, ਮਹਾਰਾਜ ਮੈਨੂੰ ਕੋਈ ਐਸਾ ਉਪਦੇਸ਼ ਦਿਓ ਜਿਹਨੂੰ ਸੁਣ ਕੇ ਮੇਰਾ ਭਲਾ ਹੋ ਸਕੇ। ਬਾਰ ਬਾਰ ਬੰਦਤ ਪਦ ਗੁਰ ਕੋ, ਬਿਨੈ ਭਨਤ ਬਹੁ ਹਿਤ ਕਰ ਉਰ ਕੋ। ਬਾਰ ਬਾਰ ਰਾਜਾ ਮਧੁਰ ਬੈਨ ਮਹਾਰਾਜ ਨੂੰ ਨਮਸਕਾਰ ਕਰੇ ਬਾਰ ਬਾਰ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਮੇਰੇ ਅੰਦਰ ਪਿਆਰ ਭਾਵਨਾ ਹੈਗੀ ਹੈ। ਹਾਂਜੀ, ਕਮਲ ਬਦਨ ਲੱਖ ਕਰ ਜਗਿਆ ਸੀ। ਫਿਰ ਮਹਾਰਾਜ ਨੇ ਵੇਖਿਆ ਵੀ ਇਹ ਰਾਜਾ ਜਿਹੜਾ ਹੈ ਨਾ, ਇਹ ਕੁਛ ਜਾਣਨ ਦੀ ਇੱਛਾ ਰੱਖਦਾ ਹੈ। ਇੱਕ ਗੱਲ ਚੇਤਾ ਰੱਖਿਓ, ਜਿਹੜਾ ਬੰਦਾ ਸਾਧ ਸੰਗਤ ਜੀ ਸੁਣਨਾ ਨਹੀਂ ਨਾ ਚਾਹੁੰਦਾ ਰੱਬ ਦੇ ਘਰ ਦੀ ਗੱਲ, ਜਿੰਨਾ ਮਰਜ਼ੀ ਸੁਣਾਓ ਕੋਈ ਲਾਭ ਨਹੀਂ ਹੋਣਾ ਜੀ, ਕਿਉਂ? ਉਹਦੇ ਅੰਦਰ ਥਾਂ ਨਹੀਂ ਹੈਗੀ ਨਾ ਜੀ, ਉਹਦੇ ਅੰਦਰ ਨਹੀਂ ਗੱਲ ਜਾਣੀ ਜੀ। ਹਾਂਜੀ, ਮਹਾਰਾਜ ਨੇ ਵੇਖਿਆ ਇਹ ਅਧਿਕਾਰੀ ਹੈ, ਇਹ ਜਾਣਨਾ ਚਾਹੁੰਦਾ ਹੈ। ਹਾਂਜੀ, ਉਪਦੇਸ਼ਨ ਹਿਤ ਗਿਰਾ ਪ੍ਰਕਾਸ਼ੀ। ਮਹਾਰਾਜ ਨੇ ਫਿਰ ਉਹਨੂੰ ਉਪਦੇਸ਼ ਦੇਣ ਵਾਸਤੇ ਬਚਨ ਕਿਹਾ, ਹਰ ਇੱਕ ਨੂੰ ਆਪਣੀ ਅਵਸਥਾ ਨਾ ਦੱਸਦੇ ਫਿਰਿਆ ਕਰੋ। ਕਬੀਰਾ ਰਾਮ ਪਦਾਰਥ ਪਾਏ ਕਹਿ, ਵਾਹਿਗੁਰੂ ਰਾਮ ਪਦਾਰਥ ਪਾਏ ਕਹਿ, ਕਬੀਰਾ ਗਾਂਠ ਨਾ ਖੋਲ। ਬੰਦਾ ਵੇਖਣਾ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਮਹਾਰਾਜ ਨੇ ਵੇਖਿਆ ਰਾਜਾ ਅੰਦਰੋਂ ਜੁੜਿਆ ਹੋਇਆ। ਹੁਣ ਮਹਾਰਾਜ ਰਾਜੇ ਨਾਲ ਬਚਨ ਕਰਨ ਲੱਗੇ, ਬੜੇ ਧਿਆਨ ਨਾਲ ਉਹ ਬਚਨ ਸੁਣਿਓ, ਬੜੇ ਕੰਮ ਆਉਣ ਵਾਲੇ ਬਚਨ ਨੇ। ਹਾਂਜੀ, ਜਗਤ ਲਖੋ ਮਿਥਿਆ ਇਹ ਦਾਮੂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਰਾਜੇ ਤੂੰ ਰਾਜਾ ਹੈ, ਰਾਜ ਭਾਗ ਦੇ ਕੰਮ ਕਰਨੇ ਹੈ, ਸੌ ਜਣਿਆਂ ਨੂੰ ਰੋਜ਼ ਮਿਲਣਾ, ਕਈਆਂ ਦਾ ਭਲਾ ਕਰਨਾ, ਕਈਆਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਸਜਾਵਾਂ ਦੇਣੀਆਂ, ਪਰ ਇਹ ਸਾਰਾ ਕੰਮ ਕਰਦਿਆਂ ਇੱਕ ਕੰਮ ਕਰ ਲੈ, ਇਸ ਜਗਤ ਨੂੰ ਝੂਠਾ ਸਮਝ ਲੈ। ਕਹਿਣ ਲੱਗੇ, ਹੁਣ ਇਹ ਕੰਮ ਸੌਖਾ ਪਿਆ ਕਿਤੇ ਜੀ? ਗੱਜ ਕੇ ਆਖੋ ਵਾਹਿਗੁਰੂ, ਅਸੀਂ ਤਾਂ ਪੱਕਾ ਸੱਚ ਮੰਨ ਕੇ ਬੈਠੇ ਵੀ ਅਸੀਂ ਵੀ ਸੱਚੇ ਅਤੇ ਜਗਤ ਵੀ ਸੱਚਾ ਜੀ। ਗੁਰੂ ਸਾਹਿਬ ਦੇ ਆਸ਼ੇ ਤੋਂ ਬਿਲਕੁਲ ਉਲਟ ਜੀ, ਚਲਾਕੀਆਂ ਚਤੁਰਾਈਆਂ ਖੈੜਾ ਨਹੀਂ ਛੱਡਦੀਆਂ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਹੈ, ਪਤਾ ਕਿਵੇਂ ਝੂਠਾ ਜਾਣਨਾ ਹੈ? ਭਰਮ ਹੈ, ਜਿਵੇਂ ਹਨੇਰੇ ਵਿੱਚ ਰੱਸੀ ਪਈ ਹੋਵੇ ਅਤੇ ਸੱਪ ਨਜ਼ਰ ਆਉਂਦੀ ਹੈ ਨਾ, ਹੈ ਤਾਂ ਭਰਮ ਹੀ ਹੈ, ਜਦੋਂ ਚਾਨਣ ਹੋ ਗਿਆ ਆਪੇ ਪਤਾ ਲੱਗਣਾ, ਮੈਂ ਤਾਂ ਐਵੇਂ ਡਰੀ ਜਾਂਦਾ ਸਾਂ, ਹੈ ਤਾਂ ਰੱਸੀ ਹੈ, ਭਰਮ ਸੀ ਨਾ। ਮਹਾਰਾਜ ਕਹਿੰਦੇ, ਭਰਮ ਦੂਰ ਕਰ ਲੈ, ਤੈਨੂੰ ਸੰਸਾਰ ਸੱਚਾ ਭਾਸਦਾ ਹੈ, ਹੈ ਸੰਸਾਰ ਝੂਠਾ। ਕਹਿਣ ਲੱਗੇ, ਹਾਂਜੀ, ਸਿਮਰਨ ਕਰੋ ਸਦਾ ਸਤਨਾਮੂ। ਮਹਾਰਾਜ ਕਹਿੰਦੇ, ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ, ਸਤਨਾਮ ਜਪਿਆ ਕਰ, ਉਸ ਪਰਮੇਸ਼ਰ ਦਾ ਨਾਮ ਜਪਿਆ ਕਰ। ਸੱਚੇ ਪਾਤਸ਼ਾਹ ਕਹਿੰਦੇ, ਸਾਧ ਸੰਗਤ ਜੀ, ਵੱਖ ਵੱਖ ਨਾਮਾਂ ਦਾ ਵੱਖ ਵੱਖ ਪ੍ਰਤਾਪ ਹੈ। ਦਾਸ ਕਿਸੇ ਗੁਰਮੁਖ ਪਾਸੋਂ ਬਚਨ ਸੁਣ ਰਿਹਾ ਸੀ, ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਵਾਹਿਗੁਰੂ ਵਾਹਿਗੁਰੂ ਜਪਣ ਨਾਲ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ, ਪਰ ਜੇ ਪਹਿਲਾਂ ਨਾਲ ਸਤਨਾਮ ਲਾ ਦਿੰਦੇ ਹਾਂ ਨਾ, ਅਤੇ ਸਤਨਾਮ ਦੇ ਨਾਲ ਸਾਧ ਸੰਗਤ ਜੀ, ਸੰਸਾਰ ਵਾਲੇ ਪਾਸਿਓਂ ਬੰਦੇ ਦਾ ਧਿਆਨ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਜੀ।
ਤਾਂ ਮਹਾਰਾਜ ਨੇ ਕਿਹਾ ਵੀ ਪਹਿਲਾਂ ਸਤਨਾਮ ਜਪ। ਬੜੀਆਂ ਥਾਵਾਂ 'ਤੇ ਸਾਖੀਆਂ 'ਚ ਆਉਂਦਾ, ਕਈਆਂ ਨੂੰ ਮਹਾਰਾਜ ਨੇ ਸਿੱਧਾ ਕਿਹਾ ਵੀ ਵਾਹਿਗੁਰੂ ਜਪੋ। ਰਾਜੇ ਮਧੁਰ ਬੈਨ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਸਤਨਾਮ ਜਪਿਆ ਕਰ। ਹਾਂਜੀ, ਕਰਮ ਧਰਮ ਤਪ ਨੇਮ ਅਨੇਕਾਂ, ਬਾਕੀ ਜਿੰਨੇ ਵੀ ਧਰਮ ਦੇ ਕੰਮ ਕਰਦਾ ਤੂੰ, ਤਪ ਕਰਦਾ, ਨੇਮ ਵੀ ਬੜੇ ਕਰਦਾ ਤੂੰ, ਸਫਲ ਅਫਲ ਜੇ ਨਾਮ ਨਾ ਏਕਾ। ਪਰ ਰਾਜੇ ਮਧੁਰ ਬੈਨ, ਜਿੰਨਾ ਚਿਰ ਤੱਕ ਤੂੰ ਵਾਹਿਗੁਰੂ ਜੀ ਦਾ ਨਾਮ ਸਤਨਾਮ ਨਹੀਂ ਜਪੇਗਾ, ਕਹਿਣ ਲੱਗੇ ਓਨਾ ਚਿਰ ਤੱਕ ਸਾਰੇ ਅਫਲ ਨੇ, ਤੇਰੇ ਕੀਤੇ ਹੋਏ ਧਰਮ ਦੇ ਕੰਮ ਨੂੰ ਵੀ ਕੋਈ ਫਲ ਨਹੀਂ ਲੱਗਣਾ। ਮਹਾਰਾਜ ਕਹਿੰਦੇ ਕਹੋ ਪ੍ਰੇਮ ਨਾਲ, ਤੁਹਾਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਇਹ ਸਾਧ ਸੰਗਤ ਜੀ, ਆਪਾਂ ਸਿੱਖਿਆ ਲੈਣੀ ਮਹਾਰਾਜ ਦਾ ਗੁਰਪੁਰਬ ਹੈ, ਸਵੇਰੇ ਸੰਗਤਾਂ ਨੇ ਆਪਾਂ ਰਲ ਮਿਲ ਕੇ ਮਨਾਉਣਾ ਹੈ, ਸਿੱਖਿਆ ਲੈਣੀ ਹੈ। ਧਰਮ ਦੇ ਕੰਮ ਕਰੀ ਜਾਂਦੇ ਹੈ, ਪਰ ਜਿਹੜੀ ਸ਼ਾਂਤੀ ਹੈ ਨਾ, ਉਹ ਨਾਮ ਦੇ ਜਾਪ ਕਰਕੇ ਹੀ ਹੋਣੀ ਹੈ ਜੀ। ਧਰਮ ਦੇ ਕੰਮ ਕਰਦੇ ਵੀ ਬੰਦੇ ਦੁਖੀ ਵੇਖੇ ਜੀ, ਕਲਪਦੇ ਵੇਖੇ ਹੈ, ਪਰੇਸ਼ਾਨ ਵੇਖੇ ਹੈ, ਪਰ ਜਿਹੜਾ ਗੁਰਮੁਖ ਪਿਆਰਾ ਨਾਮ ਜਪਦਾ ਹੈ ਨਾ ਜੀ, ਉਹਨੂੰ ਸ਼ਾਂਤ ਵੀ ਵੇਖਿਆ ਹੈ ਜੀ। ਜੋ ਮਰਜ਼ੀ ਬੰਦਾ ਕਰ ਲਏ, ਜਿਹੜਾ ਸੁੱਖ ਅਤੇ ਸਹਿਜ ਅਤੇ ਸ਼ਾਂਤ ਹੈ ਨਾ, ਇਹ ਤਿੰਨ ਚੀਜ਼ਾਂ ਨਾਮ ਦੇ ਜਾਪ ਕਰਕੇ ਹੀ ਪ੍ਰਾਪਤ ਹੋਣੀਆਂ ਹੈ ਜੀ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਬਹੁਤ ਅਭਿਆਸ, ਬੜੀ ਮਿਹਨਤ, ਮਹਾਰਾਜ ਕਹਿੰਦੇ ਸਭ ਅਫਲ ਨੇ, ਧਰਮ ਦੇ ਕੰਮਾਂ ਨੂੰ ਫਲ ਨਹੀਂ ਲੱਗਣਾ। ਹਾਂਜੀ, ਯਾ ਪਰ ਸੁਨ ਦ੍ਰਿਸ਼ਟਾਂਤ ਮਹਾਨਾ। ਮਹਾਰਾਜ ਸਾਰੀ ਗੱਲ ਖੋਲ ਰਹੇ ਆ। ਮਹਾਰਾਜ ਕਹਿੰਦੇ ਰਾਜੇ ਇਹਦੇ ਤੇ ਇੱਕ ਦ੍ਰਿਸ਼ਟਾਂਤ ਵੀ ਸੁਣਦਾ ਸੱਚੇ ਪਾਤਸ਼ਾਹ ਕਹਿੰਦੇ। ਅਫਲ ਨਾਮ ਬਿਨ ਜਿਉਂ ਸਭ ਜਾਨਾ, ਜਿਵੇਂ ਕਿਹਾ ਹੈ ਨਾ ਵੀ ਨਾਮ ਤੋਂ ਬਗੈਰ ਸਭ ਵਿਅਰਥ ਹੀ ਹੈ, ਇਹਦੇ ਵਾਸਤੇ ਇੱਕ ਦ੍ਰਿਸ਼ਟਾਂਤ ਸੁਣ ਲੈ। ਹਾਂਜੀ, ਕਾਗਜ਼ ਪਰਨੈ ਲਿਖਿਓ ਇਕਾਂਗਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿਣ ਲੱਗੇ ਕਿਸੇ ਕਾਗਜ਼ ਤੇ ਏਕਾ ਨਾ ਪਿਆ ਹੋਵੇ ਜੀ। ਹਾਂਜੀ, ਸ਼ੂਨ ਲਿਖਣ ਪਰ ਮਨ ਅਨੁਰਾਗਾ, ਕਿਸੇ ਦਾ ਪਿਆਰ ਬਣ ਜਾਵੇ ਵੀ ਮੈਂ ਸ਼ੂਨ ਹੀ ਲਿਖਣਾ। ਸ਼ੂਨ ਕਹਿੰਦੇ ਜੀਰੋ ਨੂੰ, ਜੀਰੋ ਲਿਖੀ ਜਾਵਾਂ, ਏਕਾ ਨਾ ਲਿਖਾਂ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਬੜੇ ਧਿਆਨ ਨਾਲ ਬੇਨਤੀ ਸੁਣਨੀ ਹੈ। ਹੁਣ ਸਾਰਾ ਰੌਲਾ ਤੇ ਜੀਰੋ ਲਿਖਣ 'ਚ ਪਿਆ, ਏਕਾ ਤੇ ਪਾ ਹੀ ਨਹੀਂ ਕਰ ਰਿਹਾ ਕੋਈ ਜੀ। ਸਭ ਰੌਲਾ ਰੱਪਾ ਮੈਂ ਜੇ ਕਰਤਾ, ਮੈਂ ਜੇ ਕਰਤਾ, ਰੌਲਾ ਰੱਪਾ ਪਾਇਆ, ਸਭ ਜੀਰਵਾਂ ਹੀ ਪਾਈ ਜਾਂਦੇ ਹੈ। ਮਹਾਰਾਜ ਕਹਿੰਦੇ ਸ਼ੂਨ ਲਿਖਣ ਪਰ ਮਨ ਅਨੁਰਾਗਾ, ਮਨ ਦਾ ਪਿਆਰ ਬਣ ਗਿਆ ਵੀ ਜੀਰੋ ਪਾ ਦਿਆਂ, ਇੱਥੇ ਵੀ ਪਾ ਦਿਆਂ, ਇੱਥੇ ਵੀ ਪਾ ਦਿਆਂ, ਏਕਾ ਪਾਉਣ ਨਹੀਂ ਦਿਆ। ਇਹ ਗੁਰੂ ਨਾਨਕ ਦੇਵ ਮਹਾਰਾਜ ਕਹਿ ਰਹੇ ਹੈ। ਹਾਂਜੀ, ਤਿੰਨ ਤੇ ਸਰਿਓ ਨਾ ਇੱਕੋ ਕਾਜਾ। ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਸ਼ੂਨ ਪਏ ਹੋਣ, ਦਸ ਮਹਾਰਾਜ ਕਹਿੰਦੇ ਰਾਜੇ ਕੋਈ ਕੰਮ ਬਣੇਗਾ? ਰਾਜਾ ਕਹਿੰਦਾ ਜੀ ਕੋਈ ਕੰਮ ਨਹੀਂ ਬਣੇਗਾ। ਹਾਂਜੀ, ਭਾ ਬਿਰਥਾ ਸਭ ਲਿਖਣ ਸਮਾਜਾ। ਮਹਾਰਾਜ ਕਹਿੰਦੇ ਲਿਖਿਆ, ਕਾਗਜ਼ ਵੀ ਲਾਇਆ, ਸ਼ਾਹੀ ਵੀ ਲਾਈ, ਕਲਮ ਵੀ ਵਰਤੀ, ਸਮਾਂ ਵੀ ਲਾਇਆ, ਲਿਖਿਆ ਵੀ ਸ਼ੂਨ ਪਾਇਆ ਵੀ, ਪਰ ਸਮਾਂ ਵੀ ਵਿਅਰਥ, ਕਾਗਜ਼ ਵੀ ਵਿਅਰਥ ਅਤੇ ਸ਼ਾਹੀ ਵੀ ਵਿਅਰਥ, ਕੋਈ ਲਾਭ ਨਹੀਂ ਮਿਲਿਆ। ਮਹਾਰਾਜ ਕਹਿੰਦੇ ਸਭ ਕੁਝ ਵਿਅਰਥ। ਹਾਂਜੀ, ਪੂਰਬ ਲਿਖਿਓ ਇਕਾਂਗ ਬਣਾਈ। ਮਹਾਰਾਜ ਕਹਿੰਦੇ ਇੱਕੋ ਹੀ ਕੰਮ ਕਰਨਾ, ਸ਼ੂਨ ਤੇ ਪਾਏ ਆ, ਜੀਰੋ ਤੇ ਪਾਏ ਆ, ਬਸ ਜੇ ਕੋਈ ਸਿਆਣਾ ਹੋਵੇ ਤੇ ਉਹਨਾਂ ਦੇ ਅੱਗੇ ਸਾਧ ਸੰਗਤ ਜੀ, ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਏਕਾ ਪਾ ਦੇਵੇ ਜੀ, ਏਕਾ ਪਾ ਦੇਵੇ। ਹਾਂਜੀ, ਲਿਖੀ ਸ਼ੂਨ ਤਬ ਅਫਲ ਨਾ ਜਾਈ। ਮਹਾਰਾਜ ਕਹਿੰਦੇ ਉਹ ਜਿੰਨੇ ਸ਼ੂਨ ਹੈ ਨਾ, ਹੈ ਤੇ ਸ਼ੂਨ ਹੀ ਹੈ, ਪਰ ਜੇ ਅੱਗੇ ਏਕਾ ਪੈ ਜਾਵੇ ਤੇ ਸਾਰੇ ਫਲ ਵਾਲੇ ਬਣ ਜਾਂਦੇ ਹੈ, ਕੋਈ ਫਲ ਨਹੀਂ ਜਾਂਦਾ, ਕੋਈ ਵਿਅਰਥ ਨਹੀਂ ਜਾਂਦਾ। ਹਾਂਜੀ, ਜੋ ਇਕਾਂਗ ਪਰ ਲਿਖ ਹੈ ਸ਼ੂਨਾ। ਮਹਾਰਾਜ ਕਹਿੰਦੇ ਜੋ ਏਕੇ ਦੇ ਅੱਗੇ ਬਿੰਦੀਆਂ ਪਾ ਦੇਵੇ, ਪਹਿਲਾਂ ਏਕਾ ਪਾਵੇ ਫਿਰ ਅੱਗੇ ਸ਼ੂਨ ਪਾਈ ਜਾਵੇ। ਹਾਂਜੀ, ਸ਼ੂਨ ਸ਼ੂਨ ਤੇ ਹੋਵੇ ਦਸ ਗੁਣਾ। ਮਹਾਰਾਜ ਕਹਿੰਦੇ ਏਕਾ ਪਾ ਦੇਵੇ, ਅੱਗੇ ਸਾਧ ਸੰਗਤ ਆਪਾਂ ਵੇਖ ਲਈਏ ਜੀਰੋ ਪਾ ਦਈਏ ਤੇ ਕੀ ਬਣੇਗਾ, ਦਸ, ਤੇ ਜੇ ਹੋਰ ਪਾ ਦਈਏ ਤੇ ਸਿੱਧਾ ਦਸ ਗੁਣਾ ਹੋਰ ਵੱਧ ਹੋ ਜਾਂਦਾ, ਸੌ ਬਣਦਾ,
ਅੱਗੇ ਹੋਰ ਇੱਕ ਪਾ ਦੇਈਏ ਦਸ ਗੁਣਾ ਹੋਰ ਵੱਧ ਗਿਆ, ਹਜ਼ਾਰ ਬਣ ਗਿਆ। ਅੱਗੇ ਹੋਰ ਪਾ ਦੇਈਏ ਦਸ ਹਜ਼ਾਰ, ਅੱਗੇ ਹੋਰ ਪਾ ਦੇਈਏ ਸਿੱਧਾ ਲੱਖ ਬਣ ਜਾਂਦਾ ਹੈ ਸਾਧ ਸੰਗਤ। ਪਰ ਨਿਰੀਆਂ ਹੀ ਜੀਰੋਆਂ ਪਾਈ ਜਾਈਏ, ਏਕਾ ਪਾਈਏ ਹੀ ਨਾ, ਕੋਈ ਲਾਭ ਨਹੀਂ ਹੋਏਗਾ, ਬਲਕਿ ਮਿਹਨਤ ਵਿਅਰਥ ਲੱਗੇਗੀ। ਹਾਂਜੀ। ਤਿਉਂ ਜੇ ਨਾਮ ਸੰਗ ਤਿਪਤਾ ਹੈ, ਪੂਜਾ ਬ੍ਰਤ ਨੇਮ ਜਪਤਾ ਹੈ। ਮਹਾਰਾਜ ਕਹਿੰਦੇ ਕਰੋ ਧਰਮ ਦੇ ਕੰਮ ਕਰੋ, ਪਰ ਧਰਮ ਦੇ ਕੰਮ ਕਰਦਿਆਂ ਸ੍ਰੀ ਪਰਮੇਸ਼ਰ ਦਾ ਨਾਮ ਜ਼ਰੂਰ ਜਪਣਾ ਹੈ। ਨਾਮ ਜਪੋਗੇ ਸਭ ਲੇਖੇ 'ਚ ਪਈ ਜਾਏਗਾ ਪਿਆਰਿਓ। ਹਾਂਜੀ। ਸੇ ਦਸ ਗੁਣਾ ਅਧਿਕ ਫਲ ਪਾਵੇ। ਮਹਾਰਾਜ ਕਹਿੰਦੇ ਦਸ ਗੁਣਾ ਵੱਧ ਫਲ ਪ੍ਰਾਪਤ ਹੋ ਹੀ ਜਾਏਗਾ। ਜਿੰਨੇ ਧਰਮ ਦੇ ਕੰਮ ਕਰੀ ਜਾਓਗੇ ਉਹਨਾਂ ਕੰਮਾਂ ਨੂੰ ਕਰਦਿਆਂ ਦਸ ਗੁਣਾ ਵੱਧ ਫਲ ਮਿਲੇਗਾ। ਪਰ ਜੇ ਅੱਗੇ ਏਕਾ ਲੱਗਾ ਹੋਏਗਾ, ਅੱਗੇ ਨਾਮ ਦਾ ਜਾਪ ਹੋਏਗਾ। ਹੋ ਹੈ ਮੁਕਤ ਜਮ ਸੰਗ ਨਾ ਜਾਵੇ, ਆਹੈ ਸ਼੍ਰੋਮਣ ਭੂਮ ਕੋ ਨਾਮੂ। ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਸਭ ਕੰਮਾਂ ਤੋਂ ਉੱਤੇ ਹੈ। ਰਾਜੇ ਮਧੁਰ ਬੈਨ ਨੇ ਕਿਹਾ ਨਾ ਵੀ ਮਹਾਰਾਜ ਮੈਨੂੰ ਚੰਗੀ ਗੱਲ ਦੱਸੋ, ਕੋਈ ਚੱਜ ਦੀ ਗੱਲ ਦੱਸੋ। ਅਤੇ ਮਹਾਰਾਜ ਨੇ ਫਿਰ ਕਿਹਾ ਹੁਣ ਜਿਹਨੇ ਬਹਿਣਾ ਹੀ ਨਹੀਂ ਹੈ, ਪੁੱਛਣਾ ਹੀ ਨਹੀਂ ਹੈ, ਫਿਰ ਉਹਨੂੰ ਕੀ ਮਿਲਣਾ ਹੈ। ਮਹਾਰਾਜ ਨੇ ਫਿਰ ਦੱਸਿਆ, ਮਹਾਰਾਜ ਕਹਿੰਦੇ ਨਾਮ ਜਪਿਆ ਕਰ, ਕਹੋ ਪ੍ਰੇਮ ਨਾਲ ਵਾਹਿਗੁਰੂ 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 ਵਾਹਿਗੁਰੂ। ਨਾਮ ਜਪਣਾ ਸਭ ਤੋਂ ਵੱਡਾ ਕੰਮ ਹੈ ਮਹਾਰਾਜ ਕਹਿੰਦੇ। ਹਾਂਜੀ। ਸਿਮਰੋ ਸਦਾ ਆਨ ਤਜ ਕਾਮੂ, ਬਾਕੀ ਕੰਮ ਕਰ। ਪਰ ਮਹਾਰਾਜ ਕਹਿੰਦੇ ਜੇ ਨਾਮ ਜਪਣਾ ਤੇ ਸਮਾਂ ਕੱਢ, ਤੇ ਜੇ ਹੋ ਸਕੇ ਤੇ ਸਾਰੇ ਹੀ ਛੱਡ ਦੇ ਕਹਿੰਦੇ ਕੰਮ, ਤੇ ਨਾਮ ਦਾ ਜਾਪ ਕਰ। ਹਾਂਜੀ। ਮਧੁਰ ਬੈਨ ਸੁਣਿਆ ਮਨ ਐਸਾ, ਜਦੋਂ ਮਧੁਰ ਬੈਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਹੋ ਜਿਹੇ ਬਚਨ ਸੁਣੇ ਨਾ ਜੀ ਨਾਮ ਜਪਣ ਦੇ। ਹਾਂਜੀ। ਹੋਤ ਪਸ਼ੂ ਹਰਿਆਇਓ ਜੈਸਾ, ਤੇ ਮਧੁਰ ਬੈਨ ਬੜਾ ਪ੍ਰਸੰਨ ਹੋਇਆ। ਅਰੇ ਤੋਂ ਅੱਗੇ ਜਿਹੜੀ ਕਥਾ ਉਹ ਕੱਲ੍ਹ ਨੂੰ ਆਪਾਂ ਸੁਣਾਂਗੇ, ਮਹਾਰਾਜ ਕਿਰਪਾ ਕਰਨ। ਮਧੁਰ ਬੈਨ ਰਾਜਾ ਬੜਾ ਪ੍ਰਸੰਨ ਹੋਇਆ, ਅਤੇ ਸੁਣੇ ਤੁਸੀਂ ਵੀ ਇਹ ਬਚਨ, ਜਿਹੜਾ ਨਾਮ ਜਪਣ ਨੂੰ ਜੀ ਕਰਦਾ ਹੋਏਗਾ ਉਹ ਕਹੇਗਾ ਵੀ ਅੱਜ ਤਾਂ ਭਾਈ ਬੜਾ ਆਨੰਦ ਆਇਆ, ਮਹਾਰਾਜ ਦੇ ਬੜੇ ਸੋਹਣੇ ਬਚਨ ਸਨ। ਬਸ ਇੱਕ ਗੱਲ ਪੱਕੀ ਰੱਖ ਲਓ, ਸੇਵਾ ਵੀ ਬੜੀ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਬੜੀ ਚੰਗੀ ਗੱਲ ਹੈ ਪਿਆਰਿਓ, ਪਰ ਜੇ ਨਾਮ ਨਹੀਂ ਜਪਿਆ ਜਾ ਰਿਹਾ ਤਾਂ ਸਭ ਵਿਅਰਥ ਹੈ। ਸਫਲਾ ਸਾਰਾ ਕੁਝ ਨਾਮ ਨਹੀਂ ਕਰਨਾ ਚੇ, ਕਿਉਂ? ਮਹਾਰਾਜ ਨੇ ਕਿਹਾ ਧਰਮ ਦੇ ਕੰਮ, ਧਰਮ ਦੇ ਕੰਮ ਤਾਂ ਹੀ ਸਫਲੇ ਹੈ ਜੇ ਨਾਲ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ। ਸੋ ਦੋ ਚਾਰ ਮਿੰਟ ਲਾ ਹੀ ਲਈਏ ਜੀ, ਮਹਾਰਾਜ ਨੇ ਬਚਨ ਕਿਹਾ। ਹਾਂਜੀ। ਐਂ ਲੱਕ ਸਿੱਧੇ ਕਰੋ ਅਤੇ ਬੜੇ ਸਹਿਜ ਵਿੱਚ, ਜ਼ੋਰ ਨਹੀਂ ਲਾਉਣਾ, ਸਹਿਜ ਵਿੱਚ ਜਪਣਾ ਅਤੇ ਧਿਆਨ ਨਾਲ ਜਪਣਾ, ਵਾਹਿਗੁਰੂ ਸ਼ਬਦ ਵਿੱਚ ਧਿਆਨ ਰੱਖਣਾ। ਪ੍ਰੇਮ ਨਾਲ ਸਾਰੀ ਸੰਗਤ ਕਹੋ ਜੀ ਵਾਹਿਗੁਰੂ 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 ਵਾਹਿਗੁਰੂ। ਪੂਰਾ ਧਿਆਨ ਵਿੱਚ ਰੱਖਣਾ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਕਿਰਪਾ ਕਰਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਸਾਰੀ ਸੰਗਤ ਆਪ ਜੀ ਖਿਮਾ ਕਰਿਓ ਜੀ। ਸਤਿਗੁਰੂ ਜੀ ਦੇ ਅਵਤਾਰ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਏ ਜੀ। ਮਹਾਰਾਜ ਨੇ ਨਾਮ ਨਾਲ ਹੀ ਦੁਨੀਆਂ ਨੂੰ ਉਤਾਰਿਆ ਸਾਧ ਸੰਗਤ ਜੀ, ਅਤੇ ਨਾਮ ਜਪਣ ਦਾ ਹੀ ਮਹਾਰਾਜ ਨੇ ਉਪਦੇਸ਼ ਦਿੱਤਾ ਅਤੇ ਨਾਮ ਦਾ ਹੀ ਜਾਪ ਕਰਨਾ। ਸਤਿਗੁਰੂ ਜੀ ਬਹੁਤੀਆਂ ਬਹੁਤੀਆਂ ਸਾਰੀ ਸੰਗਤ 'ਤੇ ਮਿਹਰਾਂ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।